ਵਿਘਨ ਬਿਨਾਸਨ ਸੋਇ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਜਾ ਮਹਿ ਅਮਰਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਚੋਪਈ ਨਵਲਾ ਸਿੱਖ ਨਿਹਾਲਾ ਦੋਏ ਪਟਣੇ ਨਗਰ ਬਸੇ ਕਰ ਸੋਏ ਸੱਚ ਬੋਲੇ ਸੱਚ ਕਾਰ ਕਮਾਵੇ ਸਾਚੇ ਕੀ ਸੰਗਤ ਨਿਤ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਆਦਿ ਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਜੁੜ ਬੈਠੀ ਬਹੁਤ ਹੀ ਸਤਿਕਾਰ ਤੇ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਜੁੜ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਦਇਆ ਨਿਧ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਦੀ ਕਲਿਆਣ ਕਰਨ ਨਿਮਿਤ ਤਿਨ੍ਹਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੋ ਜੋ ਸਵਾਲ ਸਿੱਖਾਂ ਦੇ ਦਿਲਾਂ ਵਿੱਚ ਉੱਠਦੇ ਨੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੁੱਛਦੇ ਮਹਾਰਾਜ ਜੀ ਤਿਨ੍ਹਾਂ ਦੇ ਸਵਾਲਾਂ ਦਾ ਜਵਾਬ ਦੇ ਕੇ ਤਿਨ੍ਹਾਂ ਦੇ ਹਿਰਦਿਆਂ ਵਿੱਚ ਉੱਠੇ ਹੋਏ ਅਨੇਕ ਪ੍ਰਕਾਰ ਦੇ ਜੋ ਸੰਦੇਹ ਹਨ ਤਿਨ੍ਹਾਂ ਨੂੰ ਨਿਵਾਰਦੇ ਹਨ, ਕਿਉਂਕਿ ਪੂਰੇ ਗੁਰੂ ਦੀ ਇਹ ਵੱਡੀ ਵਡਿਆਈ ਹੈ ਕਿ ਪੂਰਾ ਗੁਰੂ ਆਪਣੇ ਸਿੱਖ ਦੇ ਹਿਰਦੇ 'ਚ ਕਿਸੇ ਪ੍ਰਕਾਰ ਦਾ ਸੰਦੇਹ ਨਹੀਂ ਰਹਿਣ ਦਿੰਦਾ, ਸਾਰੇ ਸੰਦੇਹ ਛੇਦਦਾ ਹੈ। ਤੋ ਸਤਿਗੁਰੂ ਛੇਵੇਂ ਪਾਤਸ਼ਾਹ ਸਿੱਖਾਂ ਤੇ ਕਿਰਪਾ ਕਰ ਰਹੇ ਨੇ, ਉਹਨਾਂ ਸਿੱਖਾਂ ਨੂੰ ਜੋ ਉਪਦੇਸ਼ ਮਹਾਰਾਜ ਜੀ ਨੇ ਦਿੱਤਾ ਹੈ ਉਹ ਸਾਰਾ ਉਪਦੇਸ਼ ਸਾਡੇ ਸਾਰਿਆਂ ਵਾਸਤੇ ਵੀ ਹੈ। ਉਸ ਵੇਲੇ ਉਹਨਾਂ ਦੀਆਂ ਜੋ ਸਮੱਸਿਆਵਾਂ ਸਨ ਉਹਨਾਂ ਦੇ ਸਾਹਮਣੇ ਆਉਂਦੀਆਂ, ਉਹ ਅੱਜ ਵੀ ਸਾਡੇ ਸਾਹਮਣੇ ਆਉਂਦੀਆਂ।
ਤਾਂ ਉਹਨਾਂ ਦਾ ਨਿਵਾਰਨ ਕਿੱਦਾਂ ਕੀਤਾ ਜਾਵੇ? ਸਾਨੂੰ ਇਹ ਉਪਦੇਸ਼ ਮਹਾਰਾਜ ਜੀ ਦੇ ਪਾਵਨ ਬਚਨਾਂ ਚੋਂ ਪ੍ਰਾਪਤ ਹੁੰਦਾ ਹੈ। ਮਨ ਬਿਰਤੀਆਂ ਇਕਾਗਰ ਕਰੀਏ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਨਵਲਾ ਸਿੱਖ ਨਿਹਾਲਾ ਦੋਏ। ਭਾਈ ਨਵਲਾ ਜੀ ਔਰ ਭਾਈ ਨਿਹਾਲਾ ਜੀ, ਇਹ ਦੋ ਗੁਰੂ ਘਰ ਦੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਸੇਵਕ ਸਿੱਖ ਹਨ। ਪਟਣੇ ਨਗਰ ਬਸੇ ਕਰ ਸੋਏ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਪਵਿੱਤਰ ਹੋਈ। ਮਹਾਰਾਜ ਜੀ ਨੇ ਜਿੱਥੇ ਪ੍ਰਕਾਸ਼ ਧਾਰਿਆ ਉਹ ਨਗਰੀ ਸ੍ਰੀ ਪਟਨਾ ਸਾਹਿਬ। ਇਹ ਦੋਵੇਂ ਸਿੱਖ ਸ੍ਰੀ ਪਟਨਾ ਸਾਹਿਬ ਦੇ ਰਹਿਣ ਵਾਲੇ ਸਨ, ਭਾਈ ਨਵਲਾ ਤੇ ਭਾਈ ਨਿਹਾਲਾ। ਪਟਨਾ ਸਾਹਿਬ ਚ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਨੇ, ਇਸ ਕਰਕੇ ਪਟਨਾ ਸਾਹਿਬ ਦੇ ਵਿੱਚ ਮਹਾਰਾਜ ਜੀ ਦੀ ਸਿੱਖੀ ਦਾ ਵਿਸਥਾਰ ਸੀ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਸਾਰਾ ਇੱਥੇ ਜੀਵਾਂ ਦਾ ਉਧਾਰ ਕੀਤਾ, ਕਈ ਜੀਵਾਂ ਦੀ ਕਲਿਆਣ ਕੀਤੀ। ਉਸੇ ਪਟਨਾ ਸਾਹਿਬ ਨਗਰ ਦੇ ਰਹਿਣ ਵਾਲੇ ਸਨ ਭਾਈ ਨਵਲਾ ਤੇ ਭਾਈ ਨਿਹਾਲਾ ਜੀ। ਸੱਚ ਬੋਲੇ ਸੱਚਕਾਰ ਕਮਾਵੇ। ਇਹਨਾਂ ਦੋਨਾਂ ਦੀ ਬਿਰਤੀ ਹੈ, ਇਹ ਸੱਚ ਬੋਲਦੇ ਨੇ, ਕਦੇ ਵੀ ਆਪਣੀ ਰਸਨਾ ਤੋਂ ਕੁਝ ਝੂਠ ਨਹੀਂ ਬੋਲਦੇ, ਝੂਠ ਨਹੀਂ ਕਹਿੰਦੇ। ਹਰ ਵੇਲੇ ਹਰ ਵਕਤ ਆਪਣੀ ਰਸਨਾ ਤੋਂ ਸੱਚ ਬੋਲਦੇ ਨੇ ਔਰ ਜਿਹੜਾ ਕੰਮ ਕਰਦੇ ਨੇ ਉਹ ਵੀ ਸੱਚਾ ਕਰਦੇ ਨੇ। ਕੰਮ ਦੇ ਵਿੱਚ ਵੀ ਸੱਚ ਹੈ ਔਰ ਇਹਨਾਂ ਦੀ ਜ਼ੁਬਾਨ ਤੇ ਬੋਲਣ ਤੇ ਵੀ ਸੱਚ ਹੈ। ਸਾਚੇ ਕੀ ਸੰਗਤ ਨਿਤ ਪਾਵੇ। ਔਰ ਜਿਹੜੇ ਸੱਚ ਬੋਲਦੇ ਨੇ, ਸੱਚ ਨਾਲ ਜੁੜਦੇ ਨੇ, ਉਹਨਾਂ ਦੀ ਸੰਗਤ ਇਹਨਾਂ ਨੂੰ ਚੰਗੀ ਲੱਗਦੀ। ਝੂਠੇ ਬੰਦੇ ਇਹਨਾਂ ਨੂੰ ਚੰਗੇ ਨਹੀਂ ਲੱਗਦੇ। ਜਿਹੜੇ ਸੱਚ ਬੋਲਣ ਵਾਲੇ, ਸੱਚ ਤੇ ਚੱਲਣ ਵਾਲੇ ਲੋਕ ਨੇ, ਉਹਨਾਂ ਦੇ ਨਾਲ ਸੰਗਤ ਕਰਨ ਦਾ ਇਹਨਾਂ ਦੇ ਮਨ ਚ ਚਾਓ ਪੈਦਾ ਹੁੰਦਾ ਹੈ। ਸੱਚ ਬੋਲਣ ਵਾਲੇ ਤੇ ਸੱਚ ਦੀ ਸੰਗਤ ਕਰਨ ਵਾਲਿਆਂ ਦੀ ਇਹ ਸੰਗਤ ਕਰਦੇ ਹਨ। ਜੇ ਸਿੱਖ ਭਜਨ ਕਰਤ ਧਾਰ ਪ੍ਰੇਮ। ਜਿਹੜਾ ਕੋਈ ਗੁਰੂ ਕਾ ਸਿੱਖ ਮਨ ਚ ਪ੍ਰੇਮ ਧਾਰਨ ਕਰਕੇ ਪਰਮੇਸ਼ਰ ਦਾ ਭਜਨ ਕਰਦਾ ਹੈ, ਅਕਾਲ ਪੁਰਖ ਨੂੰ ਯਾਦ ਕਰਦਾ ਹੈ। ਤਿੰਨ ਕੋ ਸੇਵਤ ਨਿਤ ਹਿਤ ਛੇਮਾ। ਉਹਨਾਂ ਸਿੱਖਾਂ ਦੀ ਸੇਵਾ ਕਰਦੇ ਨੇ, ਭਜਨ ਕਰਨ ਵਾਲੇ ਸਿੱਖਾਂ ਦੀ ਸੇਵਾ ਕਰਦੇ ਨੇ, ਆਪਣੇ ਕਲਿਆਣ ਦੀ ਇੱਛਾ ਰੱਖ ਕੇ, ਆਪਣੀ ਮੁਕਤੀ ਦੀ ਇੱਛਾ ਰੱਖ ਕੇ ਗੁਰਸਿੱਖਾਂ ਦੀ ਸੇਵਾ ਕਰਦੇ ਹਨ। ਸ੍ਰੀ ਗੁਰ ਕੇ ਦਰਸ਼ਨ ਕੋ ਆਏ। ਪਰ ਭਾਈ ਨਵਲਾ ਤੇ ਭਾਈ ਨਿਹਾਲਾ ਜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੁਰਦੇਵ ਦੇ ਚਰਨਾਂ ਵਿੱਚ ਸ੍ਰੀ ਪਟਨਾ ਸਾਹਿਬ ਤੋਂ ਚੱਲੇ ਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ।
ਜਥਾ ਸ਼ਕਤ ਤਰ ਸੀਸ ਨਿਵਾਏ। ਜਥਾ ਸ਼ਕਤ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕਰਕੇ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਨਾਲ ਇਹਨਾਂ ਦੋਨਾਂ ਨੇ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਨਮਸਕਾਰ ਕੀਤੀ। ਕਿਤਕ ਦਿਵਸ ਬਸ ਕਰ ਗੁਰ ਪਾਸ। ਕੁਝ ਦਿਨ ਮਹਾਰਾਜ ਜੀ ਦੇ ਕੋਲ ਹੀ ਰਹੇ, ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਇਹਨਾਂ ਨੇ ਕੁਝ ਦਿਨ ਨਿਵਾਸ ਰੱਖਿਆ। ਹੋਏ ਥਿਤ ਕਰਤ ਪਏ ਅਰਦਾਸ। ਸਤਿਗੁਰਾਂ ਦੇ ਚਰਨਾਂ ਵਿੱਚ ਥਿਤ ਹੋ ਕੇ ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੇ, ਕਹਿਣ ਲੱਗੇ, ਗੁਰੂ ਗਰੀਬ ਨਿਵਾਜ ਮੁਕੰਦ। ਕਹਿਣ ਲੱਗੇ, ਹੇ ਗੁਰੂ ਗਰੀਬ ਨਿਵਾਜ, ਹੇ ਮੁਕਤੀ ਦਾਤੇ, ਹੇ ਮੋਕਸ਼ ਦੇ ਦਾਤੇ ਸਤਿਗੁਰੂ ਛੇਵੇਂ ਪਾਤਸ਼ਾਹ, ਦਿਓ ਐਸੋ ਉਪਦੇਸ਼ ਬਿਲੰਦ। ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਐਸਾ ਪਵਿੱਤਰ ਪਾਵਨ ਉਪਦੇਸ਼ ਦਿਓ, ਐਸਾ ਬੁਲੰਦ ਉਪਦੇਸ਼ ਆਪ ਜੀ ਕਿਰਪਾ ਕਰਕੇ ਸਾਨੂੰ ਬਖਸ਼ੋ, ਜਿਸ ਕੇ ਕਰੇ ਸਰਬ ਕੁਛ ਹੋਈ। ਜਿਸ ਦੇ ਕੀਤਿਆਂ ਸਭ ਕੁਝ ਹੀ ਹੋ ਜਾਏ। ਮਹਾਰਾਜ ਐਸਾ ਉਪਦੇਸ਼ ਦਿਓ ਕਿ ਜਿਹੜਾ ਇੱਕ ਕੰਮ ਕਰਦਿਆਂ ਵਿੱਚ ਹੀ ਸਾਰੇ ਆ ਜਾਣ, ਸਾਨੂੰ ਕੋਈ ਵੱਖਰਾ ਹੋਰ ਕਰਮ ਕਰਨ ਦੀ ਲੋੜ ਹੀ ਨਾ ਰਹੇ। ਕੋਈ ਐਸਾ ਉਪਦੇਸ਼ ਦਿਓ ਜਿਹਦੇ ਵਿੱਚ ਹੀ ਸਾਰਾ ਕੁਝ ਆ ਜਾਵੇ। ਬੋਹਰੋ ਕਰਤਬ ਰਹੇ ਨਾ ਕੋਈ। ਉਹਨੂੰ ਕਰਦਿਆਂ ਸਾਡੀ ਜ਼ਿੰਦਗੀ ਸਫਲ ਹੋ ਜਾਏ ਔਰ ਸਾਡੇ ਵਾਸਤੇ ਕੋਈ ਹੋਰ ਕਰਤਬ ਪਿੱਛੇ ਨਾ ਰਹੇ, ਸਾਡੇ ਵਾਸਤੇ ਕੋਈ ਹੋਰ ਕਰਤਬ ਉਹ ਪਿੱਛੇ ਨਾ ਰਹੇ, ਕੋਈ ਹੋਰ ਕਰਮ ਕਰਨ ਨੂੰ ਬਾਕੀ ਨਾ ਰਹੇ। ਸ਼੍ਰੀ ਗੁਰੂ ਹਰਗੋਬਿੰਦ ਬੇਰਾਮੋ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬਨ ਵਾਗ ਸਤਿਗੁਰਾਂ ਨੇ ਇਹਨਾਂ ਦੀ ਬੇਨਤੀ ਸੁਣੀ। ਕਹਿਓ ਉਪਾਸੋ ਨਿਤ ਸਤਨਾਮੋ। ਸਤਿਗੁਰਾਂ ਨੇ ਬਚਨ ਕੀਤਾ, ਆਖਿਆ ਫਿਰ ਉਹ ਤਾਂ ਇੱਕੋ ਹੀ ਕੰਮ ਹੈ ਜਿਹਨੂੰ ਕਰਕੇ ਕੁਝ ਹੋਰ ਕਰਨ ਦੀ ਲੋੜ ਨਹੀਂ ਰਹਿੰਦੀ, ਔਰ ਉਹ ਕਰਮ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ ਉਹਨੂੰ ਜਪਣਾ। ਨਾਮ ਜਪਣਾ ਹੀ ਇੱਕ ਐਸਾ ਕਰਮ ਹੈ ਜਿਹਨੂੰ ਕਰਨ ਤੋਂ ਬਾਅਦ ਕੁਝ ਹੋਰ ਕਰਨ ਦੀ ਇੱਛਾ ਹੀ ਨਹੀਂ ਰਹਿੰਦੀ, ਭਾਵ ਕੁਝ ਹੋਰ ਕਰਨ ਦੀ ਜ਼ਰੂਰਤ ਹੀ ਨਹੀਂ ਰਹਿੰਦੀ। ਇਹੀ ਇੱਕ ਕੰਮ ਐਸਾ ਕੰਮ ਹੈ ਜਿਸ ਨੂੰ ਕੀਤਿਆਂ ਹੋਰ ਕੋਈ ਕੰਮ ਕਰਨ ਦੀ ਲੋੜ ਵੀ ਨਹੀਂ, ਹੋਰ ਕੰਮ ਤੋਂ ਭਾਵ ਤੀਰਥ ਰਟਨ ਕਰਨ ਦੀ, ਯੱਗ ਕਰਨ ਦੀ, ਹਵਨ ਕਰਨ ਦੀ, ਪੂਜਾ ਕਰਨ ਦੀ, ਜਿੰਨੇ ਵੀ ਕਰਮ ਕਾਂਡ ਨੇ ਜਪ ਤਪ ਆਦਿਕ ਕਰਨ ਦੀ। ਨਾਮ ਜਪ ਲਓ, ਨਾਮ ਜਪਣ ਵਿੱਚ ਹੀ ਇਹ ਸਾਰੇ ਆ ਜਾਂਦੇ ਨੇ। ਨਾਮ ਜਪਣਾ ਹੀ ਸਭ ਤੋਂ ਵੱਡਾ ਤੀਰਥ ਹੈ, ਤੀਰਥ ਇਸ਼ਨਾਨ ਵੀ ਇਹਦੇ ਵਿੱਚ ਹੀ ਹੋ ਜਾਂਦੇ ਹੈ। ਇਸ ਕਰਕੇ ਨਾਮ ਜਪਣਾ ਹੀ ਸਭ ਤੋਂ ਸ੍ਰੇਸ਼ਟ ਕਰਮ ਹੈ। ਭੰਨਿਓ ਨਿਹਾਲੇ ਸੁਨ ਤਿਸ ਕਾਲ। ਜਦੋਂ ਮਹਾਰਾਜ ਜੀ ਨੇ ਕਿਹਾ ਨਾ ਸੱਚੇ ਨਾਮ ਦੀ ਉਪਾਸ਼ਨਾ ਕਰੋ, ਤੇ ਸੁਣ ਕੇ ਭਾਈ ਨਿਹਾਲਾ ਜੀ ਬੋਲੇ, ਕਹਿਣ ਲੱਗੇ, ਕਿਤਕ ਸੁਮਤ ਜੁਤ ਕੈ ਇਸ ਢਾਲ। ਕਹਿਣ ਲੱਗੇ, ਮਹਾਰਾਜ ਕੁਝ ਕੁ ਲੋਕ ਇਸ ਢਾਲ ਨਾਲ, ਇਸ ਤਰੀਕੇ ਨਾਲ ਵੀ ਇਹ ਗੱਲ ਕਰਦੇ ਨੇ, ਕਹਿੰਦੇ ਨੇ, ਜਪ ਲੋ ਤਵੈਤ ਹੋਤ ਜਨ ਹਿਰਦੇ। ਜਦੋਂ ਤੱਕ ਬੰਦੇ ਦੇ ਹਿਰਦੇ ਚ ਦਵੈਤ ਹੈ,
ਜਦੋਂ ਤੱਕ ਇਸ ਜੀਵ ਦੇ ਹਿਰਦੇ ਚ ਦਵੈਸ਼ ਦਾ ਭਾਵ ਹੈ, ਤ੍ਰਿਪਟੀ ਬਣੀ ਰਹਿਤ ਹੈ ਤਦੇ, ਉਦੋਂ ਤੱਕ ਇਹਦੇ ਅੰਦਰ ਤ੍ਰਿਪੁਟੀ ਬਣੀ ਰਹਿੰਦੀ ਹੈ। ਤ੍ਰਿਪੁਟੀ ਕੀ ਅੱਗੇ ਦੱਸਦੇ ਨੇ, ਜਦੋਂ ਤੱਕ ਬੰਦੇ ਦੇ ਹਿਰਦੇ ਚ ਦਵੈਸ਼ ਹੈ ਉਦੋਂ ਤੱਕ ਇਹਦੇ ਅੰਦਰ ਤ੍ਰਿਪੁਟੀ ਜਿਹੜੀ ਹੈ ਉਹ ਬਣੀ ਰਹਿੰਦੀ ਹੈ। ਦੋਹਰਾ ਏਕ ਉਪਾਸ ਉਪਾਸਨਾ ਤ੍ਰਿਤੀ ਉਪਾਸਕ ਸੇ। ਤ੍ਰਿਪੁਟੀ ਕਿਹੜੀ ਹੈ? ਇੱਕ ਹੈ ਉਪਾਸਨਾ, ਉਪਾਸ਼ਯ ਤੇ ਉਪਾਸ਼ਕ, ਤਿੰਨ ਚੀਜ਼ਾਂ ਹੋ ਗਈਆਂ। ਉਪਾਸ, ਉਪਾਸਨਾ ਤੇ ਉਪਾਸ਼ਕ, ਇਹਨਾਂ ਤਿੰਨਾਂ ਦੇ ਸੁਮੇਲ ਨਾਲ ਬਣਦੀ ਹੈ ਤ੍ਰਿਪੁਟੀ। ਅੱਗੇ ਫਿਰ ਦੱਸਦੇ ਨੇ, ਹਾਂਜੀ। ਧਿਆਤਾ ਤੇ ਅਰ ਧਿਆਨ ਤੇ ਮਾ, ਗਿਆਤਾ ਗਿਆਨ ਅਰ ਗਏ। ਗਿਆਤਾ ਗਿਆਨ ਉਰ ਗਏ, ਇਹ ਵੀ ਤ੍ਰਿਪੁਟੀ ਹੈ। ਧਿਆਤਾ ਧਿਆਨ ਉਰ ਤੇ, ਇਹ ਵੀ ਤ੍ਰਿਪੁਟੀ ਹੈ। ਜਦੋਂ ਤੱਕ ਇਨਸਾਨ ਦੇ ਹਿਰਦੇ ਚ ਦੁਬਦਾ ਹੈ, ਦਵੈਸ਼ ਹੈ, ਉਦੋਂ ਤੱਕ ਇਹ ਤ੍ਰਿਪੁਟੀ ਬਣੀ ਰਹਿੰਦੀ ਹੈ, ਇਹ ਤ੍ਰਿਪੁਟੀ ਸਮਾਪਤ ਨਹੀਂ ਹੁੰਦੀ। ਧਿਆਤਾ ਧਿਆਨ ਤੇ, ਗਿਆਨ ਗਿਆਤਾ ਗੇ, ਉਪਾਸ਼ਨਾ ਉਪਾਸ਼ਕ ਤੇ ਜਿਸ ਦੀ ਉਪਾਸ਼ਨਾ ਕਰਨੀ ਹੈ, ਉਪਾਸ ਉਪਾਸ਼ਨਾ ਕਰਨ ਵਾਲਾ, ਮੰਨ ਲਓ ਇੱਕ ਵਿਅਕਤੀ ਹੈ ਉਪਾਸ਼ਨਾ ਕਰਨ ਵਾਲਾ ਉਪਾਸ਼ਕ ਹੋ ਗਿਆ, ਜਿਸ ਦੀ ਉਪਾਸ਼ਨਾ ਕਰਨੀ ਹੈ ਅਕਾਲ ਪੁਰਖ ਉਪਾਸ਼ੇ, ਔਰ ਇਹਨਾਂ ਦੋਨਾਂ ਨੂੰ ਜਿਹੜਾ ਜੋੜਦਾ ਹੈ, ਦੋਨਾਂ ਦਾ ਜਿਹੜਾ ਸੰਬੰਧ ਬਣਾਉਂਦਾ ਹੈ ਉਹ ਹੈ ਉਪਾਸ਼ਨਾ। ਇਸੇ ਤਰ੍ਹਾਂ ਧਿਆਨ ਜਿਹੜਾ ਪ੍ਰਕਿਰਿਆ ਧਿਆਨ ਦੀ, ਉਹ ਤੇ ਧਿਆਤਾ ਦੋਨਾਂ ਨੂੰ ਜੋੜਦੀ ਹੈ। ਧਿਆਉਣ ਵਾਲਾ ਜਿਹੜਾ ਉਹ ਧਿਆਤਾ ਹੈ, ਜਿਸ ਨੂੰ ਧਿਆਉਣਾ ਉਹ ਅਕਾਲ ਪੁਰਖ ਪਰਮੇਸ਼ਰ ਦੋ ਹੋ ਗਏ, ਦੋਨਾਂ ਨੂੰ ਜੋੜਦਾ ਜਿਹੜਾ ਵਿਚਕਾਰ ਬਿਰਤੀ ਕੰਮ ਕਰਦੀ ਹੈ ਉਹਨੂੰ ਕਹਿੰਦੇ ਨੇ ਧਿਆਨ। ਇਸੇ ਤਰ੍ਹਾਂ ਇਹ ਗਿਆਨ ਗਿਆਤਾ ਗੇ ਹੈ, ਇਹ ਤ੍ਰਿਪੁਟੀ ਹੈ, ਉਦੋਂ ਤੱਕ ਬਣੀ ਰਹਿੰਦੀ ਹੈ ਜਦੋਂ ਤੱਕ ਹਿਰਦੇ ਵਿੱਚ ਦੁਬਦਾ ਹੋਵੇ, ਜਦੋਂ ਤੱਕ ਹਿਰਦੇ ਚ ਦਵੈਸ਼ ਹੋਵੇ। ਚੋਪਈ ਜਬ ਪ੍ਰਾਪਤ ਅਦਵੈਤੀ ਹੋਏ, ਜਦੋਂ ਇਹਨੂੰ ਅਦਵੈਤ ਦੀ ਪ੍ਰਾਪਤੀ ਹੋ ਜਾਂਦੀ, ਯਾਨੀ ਕਿ ਦਵੈਤ ਤੋਂ ਰਹਿਤ ਹੋ ਜਾਂਦਾ, ਅਦਵੈਤ ਵਿੱਚ ਚਲਾ ਜਾਂਦਾ, ਉਦੋਂ ਫਿਰ ਇਹ ਜਿਹੜੀ ਤ੍ਰਿਪੁਟੀ ਹੈ ਸਮਾਪਤ ਹੋ ਜਾਂਦੀ ਹੈ। ਤੈਤੀ ਨੌ ਕੋ ਬਨਨ ਨ ਜੋਏ, ਫਿਰ ਇਹ ਤਿੰਨੇ ਨਹੀਂ ਰਹਿੰਦੀਆਂ, ਉੱਥੋਂ ਇਹ ਤ੍ਰਿਪੁਟੀ ਸਮਾਪਤ ਹੋ ਜਾਂਦੀ ਹੈ। ਪਾਰ ਬ੍ਰਹਮ ਕੋ ਬਨੇ ਸਰੂਪ, ਫਿਰ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਸਰੂਪ ਬਣ ਜਾਂਦਾ, ਫਿਰ ਇਹਦੇ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਭੇਦ ਕੋਈ ਫਰਕ ਨਹੀਂ ਰਹਿ ਜਾਂਦਾ। ਜਿਮ ਸਾਗਰ ਹੋਏ ਬੂੰਦ ਅਨੂਪ, ਬੂੰਦ ਸਾਗਰ ਵਿੱਚ ਮਿਲ ਕੇ ਸਾਗਰ ਦਾ ਰੂਪ ਹੋ ਜਾਂਦੀ ਹੈ। ਨਾਮੀ ਨਾਮ ਨਾ ਜਾਪਕ ਜਬੇ, ਜਦੋਂ ਨਾਮੀ ਪਰਮਾਤਮਾ ਦਾ ਨਾਮ ਉਹਦਾ ਜਪਣ ਵਾਲਾ ਜਿਹੜਾ ਜਾਪਕ ਹੈ, ਆਪਣ ਸਰੂਪ ਸਰਬ ਲਖ ਤਬੇ, ਜਦੋਂ ਆਪਣਾ ਸਰੂਪ ਲਖਦਾ ਜਾਣਦਾ
ਉਹ ਤਦੇ ਹੀ ਪਰਮਾਤਮਾ ਦੇ ਸਰੂਪ ਵਿੱਚ ਅਭੇਦ ਹੁੰਦਾ। ਸ਼੍ਰੀ ਗੁਰ ਸੁਣ ਕੇ ਬਹੁਰ ਉਚਾਰਾ, ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਫਿਰ ਬੋਲੇ ਕਹਿਣ ਲੱਗੇ, ਭਗਤ ਹੋਤ ਹੈ ਚਾਰ ਪ੍ਰਕਾਰਾ। ਮਹਾਰਾਜ ਜੀ ਕਹਿਣ ਲੱਗੇ, ਭਾਈ ਨਿਹਾਲਾ ਜੀ ਜਿਹੜੀ ਭਗਤੀ ਹੈ ਨਾ ਉਹ ਚਾਰ ਪ੍ਰਕਾਰ ਦੀ ਹੈ। ਚਾਰ ਪ੍ਰਕਾਰ ਨਾਲ ਪਰਮੇਸ਼ਰ ਦੀ ਭਗਤੀ ਕਰਦੇ ਆ ਲੋਕ ਅਕਸਰ ਜ਼ਿਆਦਾ ਤੌਰ ਤੇ। ਉਹ ਚਾਰ ਪ੍ਰਕਾਰ ਦੀ ਭਗਤੀ ਹੈ ਜਿਹੜੀ ਲੋਕ ਕਰਦੇ ਹਨ। ਬ੍ਰਿੰਦ ਕਾਮਨਾ ਕਰ ਕਰ ਮਨ ਮੈਂ, ਆਪਣੇ ਮਨ ਵਿੱਚ ਕਈ ਤਰ੍ਹਾਂ ਦੀਆਂ ਕਾਮਨਾਵਾਂ ਕਰ ਕਰਕੇ, ਕਈ ਤਰ੍ਹਾਂ ਦੀਆਂ ਇੱਛਾਵਾਂ ਕਰ ਕਰਕੇ, ਸਤ ਨਾਮ ਸਿਮਰਤ ਨਿਸ ਦਿਨ ਮੈਂ, ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਨੇ। ਇੱਕ ਤਾਂ ਉਹ ਨੇ ਜਿਹੜੇ ਆਪਣੇ ਮਨ ਚ ਕਈ ਤਰ੍ਹਾਂ ਦੀਆਂ ਕਾਮਨਾਵਾਂ ਕਰਕੇ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਹਨ। ਹਰ ਸੰਤਨ ਕੀ ਸੇਵਾ ਠਾਨਤ, ਫਿਰ ਉਹ ਮਹਾਂਪੁਰਸ਼ਾਂ ਸਾਧੂਆਂ ਦੀ ਸੰਤਾਂ ਦੀ ਸੇਵਾ ਵੀ ਕਰਦੇ ਨੇ। ਕਹੇ ਬਚਨ ਸੰਤਨ ਕੇ ਮਾਨ, ਜੋ ਸੰਤ ਜੋ ਮਹਾਤਮਾ ਸਾਧੂ ਕਹਿ ਦਿੰਦੇ ਨੇ ਉਹਨਾਂ ਦੇ ਕਈ ਬਚਨਾਂ ਨੂੰ ਮੰਨਦੇ ਵੀ ਹਨ, ਉਹਨਾਂ ਦੇ ਕਈ ਬਚਨਾਂ ਦੀ ਪਾਲਣਾ ਕਰਦੇ ਹਨ। ਤਿੰਨ ਕੀ ਹੋਤ ਕਾਮਨਾ ਪੂਰੀ, ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ, ਉਹਨਾਂ ਦੀਆਂ ਹਿਰਦੇ ਦੀਆਂ ਜਿੰਨੀਆਂ ਇੱਛਾਵਾਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ। ਪੁਨ ਪ੍ਰਭ ਪ੍ਰੀਤ ਉਪਜ ਉਰ ਰੂਰੀ, ਔਰ ਫਿਰ ਉਹਨਾਂ ਦੇ ਹਿਰਦੇ ਚ ਪਰਮਾਤਮਾ ਦੀ ਜਿਹੜੀ ਪ੍ਰੀਤ ਹੈ ਉਹ ਉਪਜ ਆਉਂਦੀ। ਜਦੋਂ ਉਹਨਾਂ ਦੀ ਕਾਮਨਾ ਪੂਰੀ ਹੁੰਦੀ ਹੈ ਤੇ ਉਹਨਾਂ ਦੇ ਹਿਰਦੇ ਚ ਪਰਮਾਤਮਾ ਦੀ ਪ੍ਰੀਤ ਉਪਜ ਆਉਂਦੀ ਹੈ ਕਿ ਅਸੀਂ ਪਰਮਾਤਮਾ ਦਾ ਨਾਮ ਜਪਿਆ ਤੇ ਸਾਡੀ ਕਾਮਨਾ ਪੂਰੀ ਹੋਈ ਹੈ, ਤੇ ਫਿਰ ਉਹਨਾਂ ਦੇ ਹਿਰਦੇ ਚ ਪਰਮਾਤਮਾ ਦੀ ਪ੍ਰੀਤ ਉਪਜ ਆਉਂਦੀ ਹੈ। ਇਹ ਪਹਿਲੀ ਭਗਤੀ ਹੈ। ਇੱਕ ਇਹ ਨੇ ਜਿਹੜੇ ਇਸ ਪ੍ਰਕਾਰ ਨਾਲ ਭਗਤੀ ਕਰਦੇ ਹਨ। ਦੁਤੀਏ ਆਰਤ ਭਗਤ ਬਨੰਤੇ, ਦੂਜੇ ਉਹ ਨੇ ਜਿਹੜੇ ਦੁਖੀ ਹੋ ਕੇ ਭਗਤ ਬਣਦੇ ਨੇ। ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਆਈ, ਕੋਈ ਦੁੱਖ ਆਇਆ, ਉਸ ਦੁੱਖ ਤੋਂ ਦੁਖੀ ਹੋ ਕੇ ਭਗਤ ਬਣੇ। ਜੇ ਸ਼ਤੁਰਨ ਤੇ ਹੋਏ ਦੁਖਵੰਤੇ, ਆਪਣੇ ਕਿਸੇ ਦੁਸ਼ਮਣ ਤੋਂ ਦੁਖੀ ਹੋ ਕੇ ਭਗਤ ਬਣ ਗਏ, ਆਪਣੇ ਦੁਸ਼ਮਣ ਤੋਂ ਦੁਖੀ ਹੋ ਕੇ ਰੱਬ ਦੀ ਭਗਤੀ ਕਰਨ ਲੱਗ ਪਏ। ਕਹਿ ਰੋਗਾ ਤੁਰ ਦੁੱਖ ਕੋ ਪਾਵੇ, ਜਾਂ ਕੋਈ ਰੋਗ ਲੱਗ ਗਿਆ ਸਰੀਰ ਨੂੰ, ਕੋਈ ਬਿਮਾਰੀ ਲੱਗ ਗਈ, ਉਸ ਬਿਮਾਰੀ ਤੋਂ ਦੁਖੀ ਹੋ ਕੇ ਪਰਮਾਤਮਾ ਦਾ ਨਾਮ ਜਪਣ ਲੱਗ ਪਏ। ਪ੍ਰਭ ਕੇ ਸਿਮਰਨ ਮੈਂ ਮਨ ਲਾਵੇ, ਉਹ ਆਪਣਾ ਮਨ ਪਰਮਾਤਮਾ ਦੇ ਸਿਮਰਨ ਵਿੱਚ ਲਾ ਲੈਂਦੇ, ਪਰਮੇਸ਼ਰ ਦੇ ਨਾਮ ਜਪਣ ਵਿੱਚ ਲਾ ਲੈਂਦੇ ਨੇ। ਸ਼ਤਰੁਨ ਤੇ ਹੋਏ ਜਾਤ ਸੁਖਾਰੋ, ਉਹਨਾਂ ਦੇ ਫਿਰ ਜਿਹੜੇ ਦੁਸ਼ਮਣ ਨੇ ਉਹ ਖਤਮ ਹੋ ਜਾਂਦੇ ਨੇ, ਉਹਨਾਂ ਦਾ ਜਿਹੜੇ ਰੋਗ ਨੇ ਉਹ ਵੀ ਦੂਰ ਹੋ ਜਾਂਦੇ ਨੇ। ਰੋਗ ਨਸ਼ਟ ਤੇ ਹੋਏ ਬਲ ਪਾਰੋ, ਉਹਨਾਂ ਦੇ ਰੋਗ ਵੀ ਕੱਟੇ ਜਾਂਦੇ ਨੇ, ਨਾਮ ਜਪਦਿਆਂ ਜਪਦਿਆਂ ਬਿਮਾਰੀ ਖਤਮ ਹੋ ਜਾਂਦੀ ਹੈ ਔਰ ਉਹਨਾਂ ਦੇ ਰੋਗ ਵੀ ਨਿਰਵਿਰਤ ਹੋ ਜਾਂਦੇ ਹਨ, ਉਹ ਭਾਰੀ ਬਲ ਦੇ ਸਹਿਤ ਤਗੜੇ ਹੋ ਜਾਂਦੇ ਨੇ। ਆਗੇ ਕੋ ਸ਼ਰਧਾ ਵੱਧ ਪਰੇ, ਉਹਨਾਂ ਦੇ ਮਨ ਚ ਪਹਿਲਾਂ ਨਾਲੋਂ ਵੀ ਦੁੱਗਣੀ ਸ਼ਰਧਾ ਜਾਗ ਪੈਂਦੀ ਹੈ ਨਾਮ ਜਪਣ ਵਿੱਚ ਪਰਮਾਤਮਾ ਪ੍ਰਤੀ, ਕਿ ਪਰਮਾਤਮਾ ਨੇ ਸਾਡਾ ਰੋਗ ਕੱਟ ਦਿੱਤਾ, ਸਾਡੇ ਦੁਸ਼ਮਣ ਨਿਵਾਰ ਦਿੱਤੇ ਨੇ,
ਉਹਨਾਂ ਦੇ ਮਨ 'ਚ ਫਿਰ ਪ੍ਰਮਾਤਮਾ ਪ੍ਰਤੀ ਅੱਗੇ ਨਾਲੋਂ ਵੀ ਦੁੱਗਣੀ ਸ਼ਰਧਾ ਪੈਦਾ ਹੋ ਜਾਂਦੀ ਹੈ। ਲਾਲਚ ਤੇ ਸਦ ਸਿਮਰਨ ਕਰੇ, ਉਹ ਆਪਣੇ ਮਨ ਵਿੱਚ ਲਾਲਚ ਧਾਰ ਕੇ ਸਿਮਰਨ ਕਰਦੇ ਪ੍ਰਮਾਤਮਾ ਦਾ ਕਿ ਪ੍ਰਮਾਤਮਾ ਸਾਡੇ ਦੁਸ਼ਮਣ ਦੂਰ ਕਰਦਾ, ਪ੍ਰਮਾਤਮਾ ਸਾਡੇ ਰੋਗ ਨਿਵਾਰਦਾ ਹੈ। ਉਹ ਇਹ ਲਾਲਚ ਆਪਣੇ ਮਨ 'ਚ ਧਾਰ ਕੇ ਫਿਰ ਪਰਮੇਸ਼ਰ ਦਾ ਸਿਮਰਨ ਕਰਦੇ ਨੇ। ਇਹ ਦੂਸਰੇ ਭਗਤ ਹਨ, ਇਹ ਦੂਸਰਾ ਤਰੀਕਾ ਪਰਮੇਸ਼ਰ ਦੀ ਭਗਤੀ ਦਾ। ਤੀਜੇ ਨਿਤ ਉਪਾਸਨਾ ਧਾਰੀ, ਤੀਜੇ ਨੇ ਜਿਹੜੇ ਉਪਾਸਨਾ ਕਰਨ ਵਾਲੇ, ਜਿਹੜੇ ਤੀਜੀ ਪ੍ਰਕਾਰ ਦੀ ਭਗਤੀ ਹੈ ਨਾ, ਉਹ ਮਹਾਰਾਜ ਜੀ ਕਹਿੰਦੇ ਉਹ ਨੇ ਕੇਵਲ ਉਪਾਸਨਾ ਵਾਲੇ, ਜਿਹੜੇ ਕੇਵਲ ਪ੍ਰਮਾਤਮਾ ਦੇ ਨਾਮ ਦੀ ਉਪਾਸਨਾ ਕਰਦੇ ਹਨ। ਸਿਮਰੈ ਸਤ ਨਾਮ ਅਗਹਾਰੀ, ਉਹ ਪ੍ਰਮਾਤਮਾ ਦਾ ਨਾਮ ਸਿਮਰਦੇ ਨੇ ਇਸ ਕਰਕੇ ਕਿ ਸਾਡੇ ਪਾਪ ਕੱਟੇ ਜਾਣ, ਸਾਡੇ ਪਾਪਾਂ ਦੀ ਨਿਰਵਿਰਤੀ ਹੋ ਜਾਵੇ। ਉਹ ਪ੍ਰਮਾਤਮਾ ਦੇ ਨਾਮ ਨੂੰ ਪਾਪਾਂ ਦਾ ਨਾਸ਼ ਕਰਤਾ ਜਾਣ ਕੇ ਪਰਮੇਸ਼ਰ ਦਾ ਨਾਮ ਅਰਾਧਦੇ ਹਨ, ਇਹ ਤੀਸਰੇ ਹਨ। ਲਖੇ ਦਾਸ ਨਿਜ ਪ੍ਰਭ ਕੋ ਕਰਤਾ, ਪ੍ਰਮਾਤਮਾ ਨੂੰ ਆਪਣਾ ਕਰਤਾ ਜਾਣ ਕੇ ਆਪਣੇ ਆਪ ਨੂੰ ਉਹਦੇ ਦਾਸ ਜਾਣਦੇ ਨੇ ਕਿ ਅਸੀਂ ਉਸ ਪ੍ਰਮਾਤਮਾ ਦੇ ਦਾਸ ਹਾਂ, ਉਹ ਸਾਡਾ ਸਾਰਿਆਂ ਦਾ ਮਾਲਕ ਹੈ, ਸਾਡੇ ਸਾਰਿਆਂ ਦੇ ਸਿਰਾਂ ਦਾ ਸਾਈ ਹੈ। ਹਮ ਤ੍ਰਿਯੈ ਸਮ ਪਰਮੇਸ਼ਰ ਪਰਤਾ, ਜਾਂ ਇਸ ਤਰ੍ਹਾਂ ਸਮਝਦੇ ਨੇ ਵੀ ਅਸੀਂ ਉਹਦੀਆਂ ਇਸਤਰੀਆਂ ਹਾਂ ਤੇ ਉਹ ਪ੍ਰਮਾਤਮਾ ਸਾਡਾ ਪਤੀ ਹੈ। ਇਹ ਤੀਸਰਾ ਤਰੀਕਾ ਹੈ ਭਗਤੀ ਦਾ। ਦੋ ਤਰੀਕੇ ਪਹਿਲਾਂ ਉੱਪਰ ਦੱਸਦੇ, ਇੱਕ ਤਾਂ ਕਾਮਨਾ ਧਾਰ ਕੇ ਕਰਦੇ ਆ, ਉਹਨਾਂ ਦੀ ਕਾਮਨਾ ਪੂਰੀ ਹੁੰਦੀ, ਉਹ ਰੱਬ ਦੇ ਨਾਲ ਹੋਰ ਪ੍ਰੀਤ ਕਰ। ਦੂਜੇ ਵਿਚਾਰੇ ਜਿਹੜੇ ਦੁਖੀ ਹੋ ਕੇ ਰੱਬ ਵਾਲੇ ਪਾਸੇ ਲੱਗੇ, ਉਹ ਦੁੱਖ ਦੀ ਨਿਵਿਰਤੀ ਲਈ ਰੱਬ ਦੀ ਭਗਤੀ ਵਿੱਚ ਜੁੜੇ, ਉਹਨਾਂ ਦਾ ਵੀ ਦੁੱਖ ਕੱਟਿਆ ਗਿਆ। ਤੀਜੇ ਉਪਾਸ਼ਨਾ ਕਰਨ ਵਾਲੇ ਨੇ, ਜਿਹੜੇ ਪਾਪਾਂ ਦਾ ਨਾਸ਼ ਕਰਤਾ ਜਾਣ ਕੇ ਪ੍ਰਮਾਤਮਾ ਨੂੰ ਆਪਣਾ ਪਤੀ ਔਰ ਆਪਣੇ ਆਪ ਨੂੰ ਉਹਦੀ ਜੀਵ ਰੂਪੀ ਇਸਤਰੀ ਜਾਣ ਕੇ ਉਹਦੀ ਭਗਤੀ ਕਰਦੇ ਹਨ। ਅੰਤੈ ਕਰਨ ਬਿਮਲ ਹੋਏ ਜਾਤ, ਇਸ ਤਰ੍ਹਾਂ ਦੀ ਭਗਤੀ ਕਰਦੇ ਨੇ, ਨਾਮ ਜਪਦੇ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਜਿਹੜੇ ਅੰਤਸ਼ਕਰਨ ਨੇ ਫਿਰ ਉਹ ਨਿਰਮਲ ਹੋ ਜਾਂਦੇ ਹਨ। ਉਹਨਾਂ ਦੇ ਅੰਤਸ਼ਕਰਨ ਵਿੱਚੋਂ ਸਾਰੇ ਪਾਪ ਕਰਮਾਂ ਦੀ ਮੈਲ ਧੋਤੀ ਜਾਂਦੀ ਹੈ, ਨਿਰਵਿਰਤ ਹੋ ਜਾਂਦੀ ਹੈ। ਪੁਨ ਤਿਸ ਬ੍ਰਹਮ ਗਿਆਨ ਉਪਜਾਤ, ਉਹਨਾਂ ਦੇ ਹਿਰਦਿਆਂ ਵਿੱਚ ਬ੍ਰਹਮ ਗਿਆਨ ਉਪਜ ਆਉਂਦਾ ਹੈ, ਉਹਨਾਂ ਦੇ ਹਿਰਦਿਆਂ ਵਿੱਚ ਬ੍ਰਹਮ ਗਿਆਨ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਚੌਥੇ ਗਿਆਨੀ ਭਗਤ ਬਿਸਾਲੇ, ਚੌਥੇ ਨੇ ਗਿਆਨੀ ਭਗਤ, ਚੌਥੀ ਭਗਤੀ ਹੈ ਕਿ ਗਿਆਨ ਦੇ ਸਹਿਤ ਸੰਪੰਨ ਹੋ ਕੇ ਗਿਆਨ ਵਿੱਚ ਪਰਮੇਸ਼ਰ ਦੀ ਭਗਤੀ ਕਰਨੀ। ਏਕ ਪਰਮੇਸ਼ਰ ਸਭ ਮੈਂ ਪਾਲੇ, ਕਿਸ ਤਰ੍ਹਾਂ ਦੀ ਹੈ ਗਿਆਨ ਵਾਲੀ ਭਗਤੀ? ਕਿਹੜੀ ਹੈ ਕਿ ਇੱਕ ਪਰਮਾਤਮਾ ਨੂੰ ਹੀ ਸਾਰਿਆਂ ਵਿੱਚ ਪਾਲਣਾ, ਇੱਕ ਪਰਮੇਸ਼ਰ ਨੂੰ ਹੀ ਸਾਰਿਆਂ ਵਿੱਚ ਪਾਲਣਾ ਵੇਖਣਾ। ਘੱਟ ਮੱਠ ਮੈਂ ਜਿਮ ਵਿਆਪਕ ਆਕਾਸ਼, ਘੜੇ ਤੇ ਮਕਾਨ ਵਿੱਚ ਇੱਕੋ ਆਕਾਸ਼ ਵਿਆਪਕ ਹੁੰਦਾ ਹੈ, ਏਦਾਂ ਉਹ ਪ੍ਰਮਾਤਮਾ ਆਕਾਸ਼ ਵਾਂਗੂ ਸਾਰਿਆਂ ਵਿੱਚ ਵਿਆਪਕ ਕਰਕੇ ਵੇਖਣਾ ਤੇ ਜਾਣਨਾ। ਤਿਮ ਸਭ ਮੈਂ ਇੱਕ ਬ੍ਰਹਮ ਪ੍ਰਕਾਸ਼, ਬ੍ਰਹਮ ਨੂੰ ਹੀ ਸਾਰਿਆਂ ਵਿੱਚ ਸਾਰਿਆਂ ਦਾ ਪ੍ਰਕਾਸ਼ਕ ਕਰਕੇ ਜਾਣਨਾ ਤੇ ਵੇਖਣਾ। ਹਿਮ ਲਖ ਵਾਹੇ ਗੁਰੂ ਨਿਤ ਸਿਮਰੈ, ਏਦਾਂ ਆਪਣੇ ਹਿਰਦੇ 'ਚ ਜਾਣ ਕੇ ਪਰਮੇਸ਼ਰ ਨੂੰ ਸਿਮਰਦੇ ਨੇ ਉਹ,
ਵਾਹਿਗੁਰੂ 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 ਕਹਿ ਕੇ ਆਰਾਧਦੇ ਹਨ। ਦ੍ਰਿੜ ਹੋਏ ਆਤਮ ਗਿਆਨ ਸੋ ਉਰ ਸਹਿ, ਉਹਨਾਂ ਦੇ ਹਿਰਦੇ ਵਿੱਚ ਆਤਮ ਗਿਆਨ ਦ੍ਰਿੜ ਹੋ ਜਾਂਦਾ, ਪਰਪੱਕ ਹੋ ਜਾਂਦਾ ਹੈ। ਚਤੁਰ ਭੂਮਿਕਾ ਤੇ ਚੜ ਜਾਏ, ਜਿਹੜਾ ਇਹਨਾਂ ਚਾਰ ਭੂਮਿਕਾਵਾਂ ਤੋਂ ਉੱਪਰ ਚੜ ਜਾਵੇ, ਸਪਤਮ ਵਿਖੇ ਸਥਿਰਤਾ ਪਾਏ, ਫਿਰ ਜਿਹੜੀ ਸਤਵੀਂ ਭੂਮਿਕਾ ਹੈ ਨਾ, ਜਿਹਨੂੰ ਤੁਰਿਆ ਪਦ ਕਹਿੰਦੇ ਨੇ, ਤੁਰਿਆ ਅਵਸਥਾ ਕਹਿੰਦੇ ਨੇ, ਉਹਦੇ ਵਿੱਚ ਫਿਰ ਉਹ ਚੜ ਜਾਂਦਾ। ਉਹਦੇ ਚ ਜਾ ਕੇ ਵਿਦਵਾਨਾਂ ਨੇ ਗਿਆਨ ਦੀਆਂ ਸੱਤ ਭੂਮਿਕਾਵਾਂ ਦੱਸੀਆਂ, ਸ਼ੁਭ ਇੱਛਾ, ਸ਼ੁਭ ਵਿਚਾਰ, ਤਨੂ ਮਾਨਸਾ, ਸਤਵਾ ਪਤ, ਪਦਾਰਥਾ ਭਾਵਨੀ, ਅਸੰਗ ਸਕਤ। ਇਸੇ ਤਰ੍ਹਾਂ ਸੱਤਵੀਂ ਜਿਹੜੀ ਭੂਮਿਕਾ ਹੈ ਉਹ ਹੈ ਤੁਰਿਆ। ਮਹਾਰਾਜ ਜੀ ਕਹਿੰਦੇ ਫਿਰ ਏਦਾਂ ਭਗਤੀ ਕਰਨ ਨੂੰ ਕਰਨ ਵਾਲੇ ਉਹ ਗਿਆਨ ਦੀ ਜਿਹੜੀ ਸਪਤਮੀ ਭੂਮਿਕਾ ਸਿਖਰ ਦੀ ਉਹਦੇ ਵਿੱਚ ਪਹੁੰਚ ਜਾਂਦੇ, ਤੁਰਿਆ ਪਦ ਵਿੱਚ ਪਹੁੰਚ ਜਾਂਦੇ ਹਨ। ਯਾ ਤੇ ਸਿਮਰੋ ਤੁਮ ਸਤਨਾਮ, ਕਰਕੇ ਹੇ ਭਾਈ ਗੁਰਮੁਖੋ ਤੁਸੀਂ ਕੇਵਲ ਪਰਮਾਤਮਾ ਦੇ ਸੱਚੇ ਨਾਮ ਨੂੰ ਸਿਮਰੋ, ਉਹਦੇ ਨਾਮ ਨੂੰ ਅਰਾਧੋ। ਸੰਤਨ ਕੋ ਸੇਵੋ ਨਿਸ਼ਕਾਮ, ਔਰ ਨਾਮ ਜਪਣ ਵਾਲੇ ਜਿਹੜੇ ਗੁਰੂ ਕੇ ਪਿਆਰੇ ਸੰਤ ਮਹਾਤਮਾ ਨੇ ਉਹਨਾਂ ਦੀ ਸੇਵਾ ਕਰੋ ਨਿਸ਼ਕਾਮ ਹੋ ਕੇ, ਕਾਮਨਾ ਤੋਂ ਰਹਿਤ ਹੋ ਕੇ ਮਹਾਂਪੁਰਸ਼ਾਂ ਸਾਧੂਆਂ ਦੀ ਸਿੱਖਾਂ ਦੀ ਸੇਵਾ ਕਰੋ। ਮਨ ਨੀਵਾ ਰਾਖੋ ਤਜ ਮਾਨ, ਆਪਣੇ ਮਨ ਦਾ ਮਾਣ ਛੱਡ ਕੇ ਆਪਣੇ ਮਨ ਨੂੰ ਨੀਵਾਂ ਕਰਕੇ ਰੱਖੋ। ਹਿਰਦੇ ਦਾ ਮਾਣ ਛੱਡ ਕੇ, ਤਿਆਗ ਕੇ ਮਨ ਨੀਵਾਂ ਕਰਕੇ ਰੱਖੋ। ਹੋਏ ਸੁਖੇਨ ਤੁਮੋ ਕਲਿਆਣ, ਸੁਖੇਨ ਹੀ ਤੁਹਾਡੀ ਕਲਿਆਣ ਹੋ ਜਾਵੇਗੀ, ਸੁਖੈਨ ਹੀ ਤੁਸੀਂ ਕਲਿਆਣ ਨੂੰ, ਮੁਕਤੀ ਨੂੰ ਪ੍ਰਾਪਤ ਹੋ ਜਾਓਗੇ। ਸੁਣ ਉਪਦੇਸ਼ ਪਲੋ ਤਿਸ ਕਾਲਾ, ਗੁਰਮੁਖ ਪੇ ਨਵਲਾ ਅਰ ਨਿਹਾਲਾ। ਮਹਾਰਾਜ ਜੀ ਦਾ ਇਹ ਪਵਿੱਤਰ ਉਪਦੇਸ਼ ਸੁਣ ਕੇ ਭਾਈ ਨਵਲਾ ਤੇ ਭਾਈ ਨਿਹਾਲਾ ਜੀ ਕਿਰਤਾਰਥ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਇਸ ਪਵਿੱਤਰ ਉਪਦੇਸ਼ ਨੂੰ ਇਹਨਾਂ ਨੇ ਆਪਣੇ ਜੀਵਨ ਵਿੱਚ ਢਾਲ ਲਿਆ। ਜੋਦਾ ਜੈਤ ਸੇਠ ਮਲ ਪਾਰੀ, ਇੱਕ ਸੀ ਭਾਈ ਸਿੱਖ ਜਿਹਦਾ ਨਾਂ ਸੀ ਭਾਈ ਜੋਦਾ, ਦੂਜੇ ਦਾ ਨਾਂ ਸੀ ਸੇਠ ਭਾਈ ਜੈਤਾ ਮਲ। ਪੂਰ ਦਾਰ ਗੁਰ ਪੂਰ ਅਗਾਰੀ, ਭਾਈ ਜੋਦਾ ਤੇ ਸੇਠ ਜੈਤ ਮਲ ਇਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਡਿਉੜੀ ਬਰਦਾਰ ਸੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪੌਰਦਾਰ ਦਾ ਮਤਲਬ ਹੁੰਦਾ ਡਿਉੜੀ ਬਰਦਾਰ, ਜਿਹੜੇ ਸਤਿਗੁਰਾਂ ਦੇ ਦਰਵਾਜ਼ੇ ਦੇ ਉੱਤੇ ਬਰਛਾ ਲੈ ਕੇ ਤਿਆਰ ਬਰ ਤਿਆਰ ਖੜਦੇ ਸਨ। ਮਹਾਰਾਜ ਜੀ ਦੇ ਦਰਵਾਜ਼ੇ ਤੇ ਵੀ ਕੋਈ ਇਹੋ ਜਿਹਾ ਵਿਅਕਤੀ ਅੰਦਰ ਨਾ ਜਾਵੇ, ਜਿਵੇਂ ਹੁਣ ਵੀ ਮਹਾਰਾਜ ਜੀ ਦੇ ਦਰਵਾਜ਼ਿਆਂ ਦੇ ਉੱਤੇ ਆਲੇ ਦੁਆਲੇ ਪੌਰਦਾਰ ਖੜੇ ਹੁੰਦੇ ਨੇ ਨਾ, ਜਿਨ੍ਹਾਂ ਦੇ ਹੱਥ ਵਿੱਚ ਬਰਛੇ ਵਾਲੇ ਸਿੰਘ ਖੜੇ ਹੁੰਦੇ, ਉਹ ਇਸੇ ਕਰਕੇ ਖੜੇ ਹੁੰਦੇ ਆ ਵੀ ਕੋਈ ਨੰਗੇ ਸਿਰ ਨਾ ਜਾਵੇ ਅੰਦਰ, ਜਾਂ ਕੋਈ ਹੋਰ ਜਾਨਵਰ ਪਸ਼ੂ ਅੰਦਰ ਨਾ ਚਲਿਆ ਜਾਏ, ਜਾਂ ਕੋਈ ਮਾੜਾ ਅਨਸਰ ਨਾ ਅੰਦਰ ਜਾਵੇ। ਉਹਨਾਂ ਦਾ ਧਿਆਨ ਰੱਖਣਾ, ਨਿਗਰਾਨੀ ਰੱਖਣੀ। ਇਹ ਪੌਰਦਾਰ ਸਨ ਮਹਾਰਾਜ ਜੀ ਦੇ ਦਰਵਾਜ਼ੇ ਤੇ ਖਲੋਣ ਵਾਲੇ।
ਸੇਵਾਦਾਰ ਡਿਓੜੀ ਬਰਦਾਰ ਵੀ ਕਹਿ ਸਕਦੇ ਹਾਂ ਭਾਈ ਜੋਧਾ ਤੇ ਭਾਈ ਜੈਤ ਮੱਲ ਜੀ ਸਦਾ ਦੁਆਰ ਪਰ ਰੱਖਿਆ ਕਰਹੀ ਮਹਾਰਾਜ ਜੀ ਦੇ ਦਰਵਾਜੇ ਤੇ ਖਲੋਤੇ ਹਮੇਸ਼ਾ ਰੱਖਿਆ ਕਰਦੇ ਨੇ ਕਿ ਕੋਈ ਮਾੜਾ ਵਿਅਕਤੀ ਅੰਦਰ ਨਾ ਚਲਾ ਜੇ ਕੋਈ ਦੁਖੀ ਦੁਸ਼ਮਣ ਅੰਦਰ ਨਾ ਚਲਾ ਜਾਏ ਬਿਨ ਬੂਜੇ ਨੈ ਅੰਤਰ ਬਰਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਤੋਂ ਬਿਨਾਂ ਕੋਈ ਅੰਦਰ ਨਹੀਂ ਸੀ ਜਾ ਸਕਦਾ ਇਹ ਪਹਿਲਾਂ ਇਹਨਾਂ ਤੋਂ ਪੁੱਛੇ ਬਿਨਾਂ ਕੋਈ ਅੰਦਰ ਨਹੀਂ ਸੀ ਜਾ ਸਕਦਾ ਦਰਵਾਜੇ ਤੇ ਇਹਨਾਂ ਦੀ ਡਿਊਟੀ ਸੀ ਇਹਨਾਂ ਦੀ ਆਗਿਆ ਤੋਂ ਬਿਨਾਂ ਕੋਈ ਅੰਦਰ ਨਹੀਂ ਸੀ ਜਾ ਸਕਦਾ ਇੱਕ ਦਿਨ ਬੈਠੇ ਸਹਿਜ ਸੁਭਾਏ ਇੱਕ ਦਿਨ ਭਾਈ ਜੋਧਾ ਜੀ ਔਰ ਭਾਈ ਜੈਤ ਮੱਲ ਜੀ ਸਤਿਗੁਰੂ ਜੀ ਇਕਾਂਤ ਵਿੱਚ ਸਨ ਇਹ ਦਰਵਾਜੇ ਤੇ ਖੜੇ ਸੀ ਇਹਨਾਂ ਵੇਖਿਆ ਮਹਾਰਾਜ ਜੀ ਇਕਾਂਤ ਵਿੱਚ ਬੈਠੇ ਸਤਿਗੁਰਾਂ ਕੋਲ ਚਲੇ ਗਏ ਦੋਵੇਂ ਜਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਬੈਠ ਗਏ ਸਤਿਗੁਰ ਸੋ ਬੂਝਿਓ ਇਸ ਭਾਏ ਭਾਈ ਜੋਧਾ ਜੀ ਔਰ ਭਾਈ ਜੈਤ ਮੱਲ ਜੀ ਦੋਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਤੇ ਪੁੱਛਣ ਲੱਗੇ ਕਹਿਣ ਲੱਗੇ ਕੇਤਕ ਕਹਿਤ ਗਿਆਨ ਜਬ ਲਹਾ ਕਹਿਣ ਲੱਗੇ ਮਹਾਰਾਜ ਕਈ ਕਹਿੰਦੇ ਨੇ ਕਿ ਜਦੋਂ ਕਿਸੇ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਗਿਆਨ ਮਿਲ ਜਾਂਦਾ ਤਬੇ ਭਗਤ ਕੋ ਕਰਬੋ ਕਹਾ ਜਦੋਂ ਗਿਆਨ ਮਿਲ ਜੇ ਫਿਰ ਭਗਤੀ ਦੀ ਲੋੜ ਨਹੀਂ ਰਹਿੰਦੀ ਗਿਆਨ ਮਿਲ ਜਾਏ ਫਿਰ ਭਗਤੀ ਦੀ ਜ਼ਰੂਰਤ ਨਹੀਂ ਰਹਿੰਦੀ ਭਗਤੀ ਕਰਨ ਦਾ ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ ਜਦੋਂ ਗਿਆਨ ਮਿਲ ਜਾਏ ਫਿਰ ਭਗਤੀ ਦੀ ਜ਼ਰੂਰਤ ਨਹੀਂ ਦੇਤ ਗਿਆਨ ਕੇਵਲ ਏਕ ਕੱਲਾ ਗਿਆਨ ਹੈ ਇਹੀ ਮੁਕਤੀ ਦੇ ਦਿੰਦਾ ਭਗਤੀ ਦੀ ਜ਼ਰੂਰਤ ਹੀ ਨਹੀਂ ਕੱਲਾ ਗਿਆਨ ਹੀ ਚਾਹੀਦਾ ਜਿਹੜਾ ਗਿਆਨ ਹੈ ਇਹ ਸਿੱਧੀ ਮੁਕਤੀ ਦੇ ਦਿੰਦਾ ਗਿਆਨ ਨਾਲ ਹੀ ਮੁਕਤੀ ਮਿਲ ਜਾਂਦੀ ਭਗਤੀ ਦੀ ਕੋਈ ਜ਼ਰੂਰਤ ਨਹੀਂ ਅੱਜ ਕੱਲ੍ਹ ਵੀ ਇਹੀ ਪ੍ਰਚਾਰ ਸਾਡੇ ਕੀ ਪ੍ਰਚਾਰ ਕਿਹੜੀ ਚੋਟੀ ਦਾ ਜ਼ੋਰ ਲਾ ਕੇ ਕਰ ਰਹੇ ਵੀ ਗਿਆਨ ਨਾਲ ਹੀ ਮੁਕਤੀ ਹੋਣੀ ਹੈ ਆ ਭਗਤੀ ਕਰਨੀ ਜਾਂ ਨਾਮ ਜਪਣਾ ਸਿਮਰਨ ਕਰਨਾ ਇਹ ਤਾਂ ਸਭ ਫੋਕੇ ਨੇ ਜੀ ਗਿਆਨ ਹੀ ਗਿਆਨ ਹੈ ਖਾਲਸਾ ਜੀ ਗਿਆਨ ਤਾਂ ਰਾਵਣ ਨੂੰ ਵੀ ਸੀ ਉਹ ਵੀ ਬੜਾ ਵੱਡਾ ਗਿਆਨਵਾਨ ਗਿਆਨੀ ਸੀ ਕੋਈ ਘੱਟ ਗਿਆਨ ਤਾਂ ਨਹੀਂ ਸੀ ਉਹਨੂੰ ਚਾਰ ਵੇਦਾਂ ਦਾ ਵਕਤਾ ਸੀ ਸ਼ਾਸਤਰਾਂ ਦਾ ਵਿਦਵਾਨ ਸੀ ਕੱਲਾ ਗਿਆਨ ਹੋ ਜਾਣ ਦੇ ਨਾਲ ਨਹੀਂ ਸਭ ਕੁਝ ਹੋ ਜਾਂਦਾ ਗਿਆਨ ਦੇ ਨਾਲ ਨਾਲ ਭਗਤੀ ਵੀ ਚਾਹੀਦੀ ਹੈ ਨਾਮ ਦਾ ਜਾਪ ਵੀ ਚਾਹੀਦਾ ਸਿਮਰਨ ਸਾਧਨਾ ਵੀ ਚਾਹੀਦੀ ਹੈ ਬੰਦਗੀ ਵੀ ਚਾਹੀਦੀ ਹੈ ਪਰਮੇਸ਼ਰ ਦੀ ਇਹ ਕਹਿਣ ਲੱਗੇ ਜੀ ਕਈ ਕਹਿੰਦੇ ਕੱਲਾ ਗਿਆਨ ਨਾਲ ਹੀ ਮੁਕਤੀ ਹੋ ਜਾਂਦੀ ਹੈ ਭਗਤੀ ਦੀ ਜ਼ਰੂਰਤ ਹੀ ਕੋਈ ਨਹੀਂ ਗਿਆਨ ਨਾਲ ਹੀ ਕੇਵਲ ਮਿਲ ਜਾਂਦਾ ਗਿਆਨ ਨਾਲ ਹੀ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਤੇ ਉਪਜੇ ਹਿਰਦੇ ਬਵੇਕ ਜਿਹਦੇ ਹਿਰਦੇ ਵਿੱਚ ਗਿਆਨ ਪੈਦਾ ਹੋ ਜਾਏ ਵਿਵੇਕ ਪੈਦਾ ਹੋ ਜਾਏ ਉਹ ਕੇਵਲ ਨੂੰ ਪ੍ਰਾਪਤ ਹੋ ਜਾਂਦਾ ਉਹਨੂੰ ਭਗਤੀ ਕਰਨ ਦੀ ਲੋੜ ਹੀ ਨਹੀਂ ਸ਼੍ਰੀ ਮੁਖ ਤੇ ਸ਼ੁਭ ਪੰਥ ਬਤਾਵੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦੀ ਬੇਨਤੀ ਸੁਣੀ ਤੇ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੋਲੇ ਅੱਜ ਜਿਹੜੇ ਇਹ ਸਵਾਲ ਉਠਾਉਂਦੇ ਨੇ ਨਾ ਜੀ ਇਹਦੇ ਜਵਾਬ ਮਹਾਰਾਜ ਜੀ 400 ਸਾਲ ਪਹਿਲਾਂ ਹੀ ਦੇ ਗਏ ਮਹਾਰਾਜ ਜੀ ਨੂੰ ਪਤਾ ਸੀ ਵੀ ਇੱਦਾਂ ਦੇ ਕਾਮਰੇਡੀ ਸਿੱਖ ਵੀ ਹੋਣਗੇ ਜਿਹੜੇ ਆਖਣਗੇ ਕੱਲੇ ਗਿਆਨ ਨਾਲ ਹੀ ਹੈ ਸਭ ਕੁਝ ਕੱਲਾ ਗਿਆਨ ਜਿਹੜਾ ਉਹ ਦੀਵੇ ਥੱਲੇ ਹਨੇਰੇ ਵਾਲੀ ਗੱਲ ਹੈ ਦੂਜੇ ਨੂੰ ਚਾਨਣਾ ਦੇ ਦਿੱਤਾ ਆਪ ਤਾਂ ਹਨੇਰੇ 'ਚ ਹੀ ਤੁਰਿਆ ਫਿਰਦਾ
ਫੋਕਾ ਗਿਆਨ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਸਪਸ਼ਟ ਲਫ਼ਜ਼ਾਂ ਚ ਕਹਿ ਦਿੱਤਾ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮੁਖ ਗਿਆਨੀ ਯਾਨੀ ਕਿ ਬੜਾ ਵੱਡਾ ਮੁਖ ਦਾ ਗਿਆਨੀ ਹੋਵੇ, ਕੱਲਾ ਗਿਆਨ ਇਹਦੀ ਜ਼ੁਬਾਨ ਤੇ, ਗਿਆਨ ਦੀਆਂ ਗੱਲਾਂ ਬੜੀਆਂ ਹੋਣ, ਤੇ ਜੇ ਰੱਬ ਦੀ ਪ੍ਰੀਤ ਨਹੀਂ ਇਹਦੇ ਹਿਰਦੇ ਵਿੱਚ ਤੇ ਫਿਰ ਇਹ ਮੁਰਦਾ ਹੈ, ਮੁਰਦਾ, ਫਿਰ ਇਹ ਮੁਰਦਿਆਂ ਦੇ ਮਨਿੰਦ। ਗੰਗਾ ਗਿਆਨ ਨਹੀਂ ਮੁਖ ਬਾਤੋਂ, ਕੱਲੇ ਮੁਖ ਦੇ ਗਿਆਨ ਦੇ ਨਾਲ ਗੱਲ ਨਹੀਂ ਬਣਨੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਪੁੱਛਿਆ ਇਹ ਸਿੱਖ ਨੇ, ਮਹਾਰਾਜ ਕੱਲਾ ਗਿਆਨ ਹੀ ਮੁਕਤ ਕਰ ਦਿੰਦਾ, ਫਿਰ ਭਗਤੀ ਦੀ ਕੀ ਜ਼ਰੂਰਤ ਹੈ? ਆ ਉਦਾਂ ਹੀ ਵਾਹਿਗੁਰੂ 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 ਕਰਨ ਦਾ ਕੀ ਫਾਇਦਾ, ਕੀ ਲਾਭ ਹੈ ਫਿਰ ਇਹਦਾ? ਇਹਦੀ ਤਾਂ ਫਿਰ ਜ਼ਰੂਰਤ ਹੀ ਕੋਈ ਨੀ। ਸ਼ਬਦ ਅਭਿਆਸ ਦੀ ਜ਼ਰੂਰਤ ਕੋਈ ਨੀ, ਅੰਮ੍ਰਿਤ ਵੇਲੇ ਉੱਠਣ ਦੀ ਕੋਈ ਜ਼ਰੂਰਤ ਨਹੀਂ, ਉੱਠ ਕੇ ਇਸ਼ਨਾਨ ਪਾਨ ਕਰਨ ਦੀ ਕੋਈ ਜ਼ਰੂਰਤ ਨਹੀਂ, ਰੋਜ਼ ਰੋਜ਼ ਗੁਰਦੁਆਰੇ ਆ ਕੇ ਮੱਥਾ ਟੇਕਣ ਦੀ ਕੋਈ ਜ਼ਰੂਰਤ ਨਹੀਂ। ਜੇ ਕੱਲਾ ਗਿਆਨ ਹੀ ਮੁਕਤੀ ਦੇ ਦਿੰਦਾ, ਗਿਆਨ ਹੋ ਗਿਆ ਜੀ, ਹਾਂ ਬਸ ਆ ਰੱਬ ਹੈ, ਮੈਂ ਹਾਂ, ਗਿਆਨ ਹੋ ਗਿਆ, ਫਿਰ ਤਾਂ ਲੋੜ ਹੀ ਕੋਈ ਨੀ ਧਰਮ ਸਥਾਨਾਂ ਦੀ, ਗੁਰਦੁਆਰਿਆਂ ਦੀ ਕੋਈ ਜ਼ਰੂਰਤ ਨਾ ਰਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਵੀ ਕਈ ਏਦਾਂ ਕਹਿੰਦੇ, ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਆ ਜਿਹਨਾਂ ਨੂੰ ਸੂਰਜ ਪ੍ਰਕਾਸ਼ ਦੀ ਕਥਾ ਤੋਂ ਐਲਰਜੀ ਹੈ ਨਾ, ਉਹ ਇਸੇ ਕਰਕੇ ਹੈ ਵੀ ਸੂਰਜ ਪ੍ਰਕਾਸ਼ ਦੀ ਕਥਾ ਇਹਨਾਂ ਦੇ ਇਹੋ ਜਿਹੇ ਭੈੜੇ ਭੱਦੇ ਸਵਾਲਾਂ ਦਾ ਜਵਾਬ ਦਿੰਦੀ ਹੈ, ਇਹਨਾਂ ਨੂੰ ਤਾਂ ਸੂਰਜ ਪ੍ਰਕਾਸ਼ ਚੰਗਾ ਨਹੀਂ ਲੱਗਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਆ ਸਿੱਖ, ਮਹਾਰਾਜ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ, ਤੁਸੀਂ ਕਿਰਪਾ ਕਰਕੇ ਦੱਸੋ। ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ੁਭ ਰਸਤਾ ਦੱਸਿਆ। ਬਿਨਾ ਭਗਤ ਨੇ ਗਿਆਨ ਸੁਹਾਵੇ, ਮਹਾਰਾਜ ਜੀ ਕਹਿੰਦੇ ਭਗਤੀ ਤੋਂ ਬਿਨਾ ਗਿਆਨ ਸੋ ਵੀ ਨਹੀਂ ਸਕਦਾ। ਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤੀ ਤੋਂ ਬਿਨਾ ਗਿਆਨ ਨਹੀਂ ਸੋਭ ਸਕਦਾ। ਹਾਂਜੀ, ਜਥਾ ਕ੍ਰਿਤ ਹੈ ਅਤ ਬਲਿਵਾਨ, ਜਿਵੇਂ ਘਿਓ ਹੁੰਦਾ ਨਾ ਦੇਸੀ, ਉਹਦੇ ਚ ਬੜੀ ਤਾਕਤ ਹੁੰਦੀ ਹੈ, ਦੇਸੀ ਘਿਓ ਵਿੱਚ ਬੜਾ ਬਲ ਹੁੰਦਾ, ਤਾਣ ਹੁੰਦਾ। ਭੋਜਨ ਮਿਲੇ ਜੇ ਸਵਾਦ ਮਹਾਨ, ਦੇਸੀ ਘਿਓ ਜਿਹੜੇ ਭੋਜਨ ਚ ਮਿਲ ਜੇ ਉਹ ਭੋਜਨ ਸਵਾਦ ਬਣ ਜਾਂਦਾ, ਉਹ ਭੋਜਨ ਪੌਸ਼ਟਿਕ ਹੋ ਜਾਂਦਾ, ਉਹਦੇ ਵਿੱਚ ਤੱਤ ਪੈਦਾ ਹੋ ਜਾਂਦਾ। ਕਫੀ ਜੇ ਕ੍ਰਿਤ ਪਾਨ ਕੋ ਕਰੇ, ਘਿਓ ਘਿਓ ਦਾ ਕੋਈ ਦੋਸ਼ ਨਹੀਂ, ਘਿਓ ਤਾਕਤ ਵਾਲਾ ਹੈ। ਹੁਣ ਕਿਸੇ ਨੂੰ ਲੱਗੀ ਹੋਵੇ ਖੰਘ, ਛਾਤੀ ਜਾਮ ਹੋਵੇ, ਉਹਨੂੰ ਤੁਸੀਂ ਕਿਉਲੀ ਭਰ ਕੇ ਘਿਓ ਦੀ ਪਿਆ ਦੋ ਵੀ ਆਹ ਲੈ ਪੀ ਲੈ। ਉਸ ਕਫੀ ਬੰਦੇ ਨੂੰ ਜਿਹਨੂੰ ਕਫ ਵਧਿਆ ਹੋਵੇ ਸਰੀਰ ਚ, ਉਹਨੂੰ ਤੁਸੀਂ ਸਿੱਧਾ ਘਿਓ ਪਿਆ ਦਿਓਗੇ। ਛਾਤੀ ਬੋਝ ਰੋਗ ਸੋ ਤਰੇ, ਉਹਦੀ ਛਾਤੀ ਦਾ ਰੋਗ ਹੋਰ ਵੱਧ ਜਾਏਗਾ, ਉਹਦੀ ਛਾਤੀ ਅੱਗੇ ਨਾਲੋਂ ਵੀ ਜ਼ਿਆਦਾ ਜਾਮ ਹੋ ਜਾਏਗੀ, ਔਰ ਉਹਦੀ ਖਾਂਸੀ ਹੋਰ ਵੱਧ ਜਾਵੇਗੀ। ਫੀਕਾ ਬਦਨ ਰਹੇ ਦਿਨ ਰਾਤ, ਉਹਦਾ ਚਿਹਰਾ ਫਿੱਕਾ ਪੈ ਜਾਏਗਾ ਦਿਨ ਰਾਤ, ਉਹਦੇ ਚਿਹਰੇ ਤੇ ਪਿਲੱਤਣ ਛਾ ਜਾਏਗੀ। ਖਾਂਸੀ ਹੋਤ ਆਹਾਰ ਨਾ ਖਾਤ, ਹਰ ਵੇਲੇ ਖੰਘ ਹੀ ਲੱਗੀ ਰਹੇਗੀ, ਭੋਜਨ ਨਹੀਂ ਖਾਵੇਗਾ, ਕਿਉਂਕਿ
ਪਹਿਲਾਂ ਹੀ ਕਫ ਸੀ, ਉੱਤੋਂ ਘਿਓ ਦੇ ਦਿੱਤਾ ਹੋਰ ਮਰ ਗਿਆ, ਘਿਓ ਦੇ ਦਿੱਤਾ ਹੋਰ ਉਹਨੇ ਨੁਕਸਾਨ ਕਰ ਦਿੱਤਾ। ਹੁਣ ਘਿਓ ਦਾ ਤਾਂ ਕੋਈ ਦੋਸ਼ ਨਹੀਂ ਸੀ, ਦੋਸ਼ ਤਾਂ ਰੋਗੀ ਦਾ ਵੀ ਉਹਨੂੰ ਹਜ਼ਮ ਨਹੀਂ ਸੀ ਹੋਣਾ, ਉਹ ਰੋਗੀ ਸੀ। ਘਿਓ ਦੇਣ ਵੇਲੇ ਸੋਚਣਾ ਚਾਹੀਦਾ ਸੀ ਵੀ ਇਹਨੂੰ ਘਿਓ ਪਚੇਗਾ ਵੀ ਕਿ ਨਹੀਂ, ਇਹਦੀ ਹਾਲਤ ਹੈ ਪਚਣ ਵਾਲੀ। ਕਹਿੰਦੇ ਉਹਦਾ ਛਾਤੀ ਦਾ ਰੋਗ ਹੋਰ ਵੱਧ ਗਿਆ, ਕਾਫੀ ਹੋ ਗਿਆ, ਖੰਘ ਲੱਗ ਗਈ ਹੋਰ ਜ਼ਿਆਦਾ, ਔਰ ਭੋਜਨ ਵੀ ਖਾਂਦਾ ਨਹੀਂ, ਰੋਟੀ ਵੀ ਅੰਦਰ ਨਹੀਂ ਜਾਂਦੀ। ਜੇ ਸੁਭਾਉ ਤਨ ਪੇਤੀ ਹੋਵੇ, ਜਾਂ ਫਿਰ ਪਿੱਤ ਵਧੀ ਹੋਵੇ, ਸਰੀਰ ਚ ਬਹੁਤ ਜ਼ਿਆਦਾ ਗਰਮੀ ਵਧੀ ਹੋਵੇ। ਪੇਤੀ, ਪੇਤੀ ਕਹਿੰਦੇ ਨੇ ਪਿੱਤ, ਪਿੱਤ ਨਾਮ ਹੈ ਗਰਮੀ ਦਾ। ਜਦੋਂ ਸਰੀਰ ਵਿੱਚ ਬਹੁਤ ਜ਼ਿਆਦਾ ਪਿੱਤ ਤੇ ਗਰਮੀ ਵਧੀ ਹੋਵੇ, ਪੀਵੈ ਨਿਰੋ ਕ੍ਰਿਤ ਜੇ ਸੋਏ, ਉਸ ਵੇਲੇ ਕੋਈ ਨਿਰਾ ਘਿਓ ਪੀ ਲਵੇ, ਉਧਰ ਗਰਮੀ ਹੋਈ ਹੋਵੇ, ਅਤਿਸਾਰ ਲੱਗੇ ਹੋਣ, ਟੱਟੀਆਂ ਲੱਗੀਆਂ ਹੋਣ, ਉਲਟੀਆਂ ਲੱਗੀਆਂ ਹੋਣ, ਉਧਰੋਂ ਘਿਓ ਭਰ ਕੇ ਪੀ ਲਵੇ। ਤਿੰਨ ਕੋ ਲੱਗੇ ਅਧਿਕ ਅਤਿਸਾਰ, ਕਹਿੰਦੇ ਦਸਤ ਲੱਗੇ ਹੋਣ ਜਾਂ ਅਤਿਸਾਰ ਲੱਗੇ ਹੋਣ, ਉਦੋਂ ਉੱਤੋਂ ਘਿਓ ਪੀ ਲਵੇ। ਉਹਦੇ ਨਾਲ ਕੀ ਹੋਵੇਗਾ, ਉਹਦਾ ਹੋਰ ਜ਼ਿਆਦਾ ਸਰੀਰ ਦੇ ਉੱਤੇ ਪ੍ਰਭਾਵ ਪਵੇਗਾ, ਹੋਰ ਜ਼ਿਆਦਾ ਪਿੱਤ ਤੇ ਗਰਮੀ ਵੱਧ ਜਾਏਗੀ। ਉਪਜੇ ਤਨ ਮੈਂ ਰੋਗ ਵਿਕਾਰ, ਉਹਦੇ ਸਰੀਰ ਚ ਵਿਕਾਰ ਪੈਦਾ ਹੋਣਗੇ, ਸਰੀਰ ਬਿਲਕੁਲ ਨਿਟਾਲ ਹੋ ਜਾਵੇਗਾ। ਜੇ ਮਿਲਾਏ ਮਿਸਰੀ ਸੋ ਖਾਏ, ਉਹੀ ਘਿਓ ਉਹਦੇ ਚ ਮਿਸਰੀ ਮਿਲਾ ਦਿਓ, ਤੇ ਮਿਸਰੀ ਮਿਲਾ ਕੇ ਜੇ ਉਹ ਘਿਓ ਇਹਨੂੰ ਖਵਾਇਆ ਜਾਏ, ਖੰਘ ਵਾਲੇ ਰੋਗੀ ਨੂੰ, ਜਿਹਨੂੰ ਖਾਂਸੀ ਲੱਗੀ ਹੋਵੇ ਜਾਂ ਜਿਹਦੀ ਛਾਤੀ ਤੇ ਬੋਝ ਹੋਵੇ, ਉਹਨੂੰ ਘਿਓ ਦੇ ਵਿੱਚ ਮਿਸ਼ਰੀ ਮਿਲਾ ਕੇ ਉਹ ਘਿਓ ਖਵਾਇਆ ਜਾਏ। ਦੋਹਨ ਕੇ ਤਨ ਸੁਖ ਉਪਜਾਏ, ਪਿੱਤ ਵਾਲਾ ਰੋਗੀ ਹੈ ਉਹਨੂੰ ਵੀ ਮਿਸ਼ਰੀ ਵਾਲਾ ਘਿਓ ਖਵਾਇਆ ਜਾਏ, ਤੇ ਦੋਨਾਂ ਲਈ ਉਹੀ ਘਿਓ ਉਪਯੋਗੀ ਬਣ ਜਾਂਦਾ। ਜੇ ਸੂਧਾ ਘਿਓ ਦੇ ਦਿਓ ਤੇ ਦੋਨਾਂ ਲਈ ਨੁਕਸਾਨ ਹੈ, ਜੇ ਉਸੇ ਘਿਓ ਵਿੱਚ ਮਿਸ਼ਰੀ ਮਿਲਾ ਕੇ ਦਿੱਤੀ ਜਾਏ ਤੇ ਫਿਰ ਉਹੀ ਘਿਓ ਮਿਸ਼ਰੀ ਦੇ ਸਹਿਤ ਇਹਦੇ ਲਈ ਦਵਾਈ ਬਣ ਜਾਂਦਾ, ਔਸ਼ਧੀ ਬਣ ਜਾਂਦਾ, ਇਹਦੀ ਖਾਂਸੀ ਵੀ ਠੀਕ ਹੋ ਜਾਂਦੀ ਹੈ, ਇਹਦੇ ਸਰੀਰ ਦੀ ਜਿਹੜੀ ਪਿੱਤ ਗਰਮੀ ਵਧੀ ਹੁੰਦੀ ਹੈ ਉਹ ਵੀ ਠੀਕ ਹੋ ਜਾਂਦੀ ਹੈ। ਤਥਾ ਗਿਆਨ ਜੈ ਏਕੈ ਹੋਏ, ਮਹਾਰਾਜ ਜੀ ਕਹਿੰਦੇ ਜਿਹੜਾ ਕੱਲਾ ਗਿਆਨ ਹੈ ਨਾ, ਕੱਲਾ ਗਿਆਨ ਇਹ ਦੇਸੀ ਘਿਓ ਹੈ, ਤੇ ਕਲਯੁਗ ਦੇ ਲੋਕਾਂ ਨੂੰ ਲੱਗੀ ਹੋਈ ਹੈ ਖੰਘ ਹੰਕਾਰ ਦੀ, ਇਹਨਾਂ ਨੂੰ ਲੱਗੇ ਹੋਏ ਨੇ ਅਤਿਸਾਰ, ਦਸਤ, ਉਲਟੀਆਂ ਲੱਗੀਆਂ ਹੋਈਆਂ ਨੇ ਹੰਕਾਰ ਦੀਆਂ। ਹੁਣ ਸਿੱਧਾ ਗਿਆਨ ਇਹਨਾਂ ਨੂੰ ਦੇ ਦਿਓ ਵੀ ਆਹ ਗਿਆਨ ਲਓ ਜੀ, ਤੁਹਾਡੇ ਕੋਲ ਆਹ ਗਿਆਨ ਹੈ। ਇਕੱਲੇ ਗਿਆਨ ਦੇ ਨਾਲ ਇਹਨਾਂ ਦਾ ਹੋਰ ਬੇੜਾ ਗਰਕ ਹੋਵੇਗਾ, ਸੁਧਰੇਗਾ ਨਹੀਂ, ਇਹ ਤਾਂ ਹੋਰ ਹੰਕਾਰੀ ਹੋਣਗੇ, ਇਹ ਤਾਂ ਹੋਰ ਜ਼ਿਆਦਾ ਵਿਕਾਰੀ ਬਣਨਗੇ ਫਿਰ। ਇਸ ਕਰਕੇ ਇਕੱਲੇ ਗਿਆਨ ਨਾਲ ਇਹਨਾਂ ਦੀ ਗੱਲ ਨਹੀਂ ਬਣਨੀ, ਇਹਨਾਂ ਦਾ ਸੁਧਾਰ ਨਹੀਂ ਹੋਣਾ। ਅਹੰਗ ਬ੍ਰਹਮ ਕਹਿ ਸੁਭ ਹੈ ਨਾ ਸੋਏ, ਕਹਿ ਦਿਓ ਵੀ ਤੁਸੀਂ ਆਪ ਹੀ ਰੱਬ ਹੋ ਜੀ, ਸਿੱਧਾ ਗਿਆਨ ਦੇ ਦਿੱਤਾ ਵੀ ਤੁਸੀਂ ਆਪ ਹੀ ਰੱਬ ਹੋ, ਬੰਦਾ ਹੀ ਰੱਬ ਹੈ, ਇਹਦੇ ਅੰਦਰ ਹੀ ਆ ਰੱਬ, ਇਹ ਆਪ ਹੀ ਰੱਬ ਦਾ ਰੂਪ ਹੈ। ਇਹ ਗਿਆਨ ਜੇ ਸਿੱਧਾ ਹੀ ਦੇ ਦਿੱਤਾ ਜਾਏ ਬੰਦੇ ਨੂੰ, ਕਲਯੁਗ ਦੇ ਜੀਵ ਨੂੰ, ਸੁਣ ਬੇਹਾਰ ਬਿਗੜ ਬੋ ਜਾਏ, ਦੇਸੀ ਘਿਓ ਸਿੱਧਾ ਸਿੱਧਾ ਗਿਆਨ ਵੀ ਤੂੰ ਬ੍ਰਹਮ ਹੈ, ਵੀ ਅਹੰਗ ਬ੍ਰਹਮ, ਅਹੰਗ ਬ੍ਰਹਮ ਅਸਮੀ, ਵੀ ਮੈਂ ਹੀ ਰੱਬ ਹਾਂ, ਮੇਰੇ ਅੰਦਰ ਰੱਬ ਹੈ, ਪਰਮਾਤਮਾ ਹੈ, ਇਹ ਜਾਣ ਲਿਆ ਸਿੱਧਾ ਹੀ, ਸਿੱਧਾ ਗਿਆਨ ਦੇ ਦਿੱਤਾ ਇਹੀ। ਹੁਣ ਜਿਹਨੇ ਇਹ ਗੱਲ ਸੁਣੀ ਵੀ ਮੈਂ ਹੀ ਰੱਬ ਹਾਂ, ਮੇਰੇ ਤੋਂ ਵੱਖਰਾ ਰੱਬ ਕੋਈ ਹੈ ਹੀ ਨਹੀਂ ਹੋਰ,
ਹੋਰ ਕੋਈ ਪਰਮਾਤਮਾ ਹੈ ਹੀ ਨਹੀਂ, ਮੈਂ ਹੀ ਹਾਂ ਰੱਬ। ਇਹ ਗਿਆਨ ਜਦੋਂ ਸਿੱਧਾ ਦਿੱਤਾ ਕਿਸੇ ਬੰਦੇ ਨੂੰ, ਜੀਵ ਨੂੰ, ਜਦੋਂ ਉਹਨੇ ਸੁਣ ਲਿਆ ਕਿ ਮੈਂ ਹੀ ਰੱਬ ਹਾਂ, ਕੋਈ ਵੱਖਰਾ ਹੈ ਹੀ ਨਹੀਂ। ਜਿਵੇਂ ਅੱਜ ਕੱਲ੍ਹ ਕਹਿੰਦੇ ਜੀ ਇਹ ਕੁਦਰਤੀ ਰੱਬ ਹੈ, ਬੰਦੇ ਵਿੱਚ ਹੀ ਰੱਬ ਹੈ, ਬਾਹਰ ਕੋਈ ਵੱਖਰਾ ਰੱਬ ਨਹੀਂ ਹੈ। ਇਹ ਤਾਂ ਸਿੱਧਾ ਗਿਆਨ ਤਾਂ ਦੇ ਦਿੱਤਾ, ਦੇਸੀ ਘਿਓ ਦਿੱਤਾ ਕਿਹਨੂੰ, ਜਿਹਨੂੰ ਖੰਘ ਲੱਗੀ ਹੋਈ ਸੀ, ਜਿਹਨੂੰ ਅਤੀਸਾਰ ਲੱਗੇ ਹੋਏ ਸਨ, 10 ਉਲਟੀਆਂ ਲੱਗੀਆਂ ਹੋਈਆਂ ਸੀ, ਉਹਨੂੰ ਦੇ ਦਿੱਤਾ ਸਿੱਧਾ ਗਿਆਨ। ਹੁਣ ਉਹਨੇ ਜਦੋਂ ਇਹ ਸੁਣਿਆ ਵੀ ਮੈਂ ਹੀ ਰੱਬ ਹਾਂ, ਪਰੇ ਨਰਕ ਨੈ ਸੁਰਗ ਲਖਾਏ, ਇਹਨਾਂ ਦੇ ਬੰਦੇ ਫਿਰ ਸਵਰਗ ਨਹੀਂ ਜਾਣਗੇ, ਨਰਕਾਂ ਚ ਜਾਣਗੇ। ਜੇ ਉਹ, ਕਿਉਂਕਿ ਉਹ ਦ੍ਰਿੜ ਨਹੀਂ ਨਾ ਹੋਇਆ, ਅੰਦਰੋਂ ਫੁਰਿਆ ਨਹੀਂ, ਕਿਸੇ ਨੇ ਕਹਿ ਦਿੱਤਾ ਵੀ ਤੂੰ ਹੀ ਰੱਬ ਹੈ, ਇਹਨੇ ਸੁਣ ਕੇ ਓਦਾਂ ਹੀ ਮੰਨ ਲਿਆ ਵੀ ਮੈਂ ਹੀ ਹਾਂ। ਪਰ ਸਾਧਨਾ ਤਾਂ ਨਹੀਂ ਨਾ ਕੀਤੀ, ਉਹਨੂੰ ਪ੍ਰਾਪਤ ਕਰਨ ਵਾਸਤੇ, ਉਸ ਆਤਮਾ ਦੇ ਸਰੂਪ ਨੂੰ ਜਾਣਨ ਲਈ ਭਗਤੀ ਨਹੀਂ ਕੀਤੀ, ਕੱਲਾ ਗਿਆਨ ਗਿਆਨ ਸੁਣ ਲਿਆ। ਹੁਣ ਕੱਲਾ ਗਿਆਨ ਗਿਆਨ ਸੁਣਨ ਦੇ ਨਾਲ ਕਹਿੰਦੇ ਮੁਕਤ ਤਾਂ ਇਹਨੇ ਕੀ ਹੋਣਾ ਸੀ, ਸਗੋਂ ਨਰਕਾਂ ਦਾ ਪੰਥ ਹੀ ਬਣ ਗਿਆ, ਇਹ ਜਾ ਕੇ ਨਰਕਾਂ ਵਿੱਚ ਡਿੱਗਾ। ਜੇ ਹੰਕਾਰੀ ਨਰ ਉਰ ਤਾਰੈ, ਜਿਹੜਾ ਹੰਕਾਰੀ ਬੰਦਾ ਸੁਣ ਲੇਗਾ ਵੀ ਮੈਂ ਹੀ ਰੱਬ ਹਾਂ, ਆਪਣ ਆਪ ਕੋ ਵੱਡੋ ਵਿਚਾਰੈ, ਉਹ ਫਿਰ ਆਪਣੇ ਆਪ ਨੂੰ ਹੀ ਸਭ ਤੋਂ ਵੱਡਾ ਵਿਚਾਰਦਾ ਵੀ ਮੈਂ ਹੀ ਸਭ ਤੋਂ ਵੱਡਾ ਹਾਂ। ਨੈ ਸਤ ਸੰਗਤ ਸੇਵਾ ਕਰੇ, ਉਹ ਕਹੇਗਾ ਵੀ ਮੈਨੂੰ ਸੰਗਤ ਦੀ ਸੇਵਾ ਦੀ ਕੀ ਜ਼ਰੂਰਤ ਹੈ, ਮੈਂ ਹੀ ਸਭ ਤੋਂ ਵੱਡਾ, ਮੈਂ ਹੀ ਰੱਬ ਹਾਂ, ਮੈਂ ਉਂਝੇ ਲੋਕਾਂ ਦੀਆਂ ਜੁੱਤੀਆਂ ਝਾੜਦਾ ਫਿਰਾਂ, ਲੋਕਾਂ ਦੇ ਜੋੜੇ ਝਾੜਦਾ ਫਿਰਾਂ, ਉਂਝੇ ਝਾੜੂ ਫੇਰਦਾ ਫਿਰਾਂ। ਉਹਨੇ ਕਰਨੀ ਨਹੀਂ ਸੇਵਾ, ਉਹਦੇ ਕਹਿਣਾ ਮੈਂ ਹੀ ਵੱਡਾ, ਮੈਨੂੰ ਕੀ ਜ਼ਰੂਰਤ ਹੈ ਜਾ ਕੇ ਕਿਸੇ ਦੀ ਸੇਵਾ ਕਰਨ ਦੀ, ਮੈਂ ਵੱਡਾ ਹਾਂ, ਮੈਂ ਨਹੀਂ ਕਿਸੇ ਦੀ ਸੇਵਾ ਕਰਨੀ, ਨਾ ਹੀ ਉਹ ਸਤ ਸੰਗਤ ਕਰੇਗਾ ਵੀ ਮੈਨੂੰ ਤਾਂ ਸੰਗਤ ਦੀ ਵੀ ਜ਼ਰੂਰਤ ਨਹੀਂ, ਮੈਂ ਆਪ ਹੀ ਰੱਬ ਹਾਂ, ਮੈਨੂੰ ਕੀ ਲੋੜ ਹੈ ਸੰਗਤ ਕਰਨ ਦੀ। ਉਹਨੇ ਇਹੀ ਕਹਿਣਾ ਮੰਨਣਾ। ਨਮਰਤਾ ਨਾ ਕਿਸ ਆਗੇ ਧਰੇ, ਮਨ ਵਿੱਚ ਕਿਸੇ ਪ੍ਰਤੀ ਨਿਮਰਤਾ ਨਹੀਂ ਆਉਣੀ, ਹਲੀਮੀ ਨਹੀਂ ਆਉਣੀ, ਉਹਨੇ ਕਿਸੇ ਅੱਗੇ ਝੁਕਣਾ ਨਹੀਂ, ਉਹਨੇ ਕਿਸੇ ਅੱਗੇ ਵਿਨਿਮਰ ਨਹੀਂ ਹੋਣਾ। ਛਾਤੀ ਬੋਝ ਰੋਗ ਇਹ ਹੋਏ, ਮਹਾਰਾਜ ਜੀ ਕਹਿੰਦੇ ਇਹ ਛਾਤੀ ਦਾ ਬੋਝ ਜਿਹੜਾ ਬੜਾ ਵੱਡਾ ਰੋਗ ਉਹਨਾਂ ਨੂੰ ਲੱਗਾ ਹੋਇਆ ਸੀ, ਉਹ ਹੋਰ ਵੱਧ ਗਿਆ। ਨਰਕ ਪਰੇ ਲੈ ਸੰਕਟ ਸੋਏ, ਇਹਨਾਂ ਦੇ ਜੀਵ ਫਿਰ ਨਰਕ ਗਾਮੀ ਹੁੰਦੇ ਨੇ, ਉੱਥੇ ਫਿਰ ਸੰਕਟ ਭੋਗਦੇ ਹਨ। ਜੇ ਵਿਸ਼ਈ ਸੁਣ ਕੇਵਲ ਗਿਆਨ, ਜੇ ਵਿਸ਼ਈ ਵਿਕਾਰੀ ਲੋਕ ਨੇ ਜਿਹੜੇ, ਉਹ ਕੱਲਾ ਗਿਆਨ ਸੁਣ ਲੈਣ ਵੀ ਮੈਂ ਰੱਬ ਹਾਂ, ਇਹ ਗਿਆਨ ਵਿਸ਼ਈ ਬੰਦਾ ਸੁਣ ਲੇ, ਵਿਕਾਰੀ ਸੁਣ ਲਵੇ, ਉਹ ਗੇ ਨਾਰ ਬਿਰਾਨੀ ਜਾਨ, ਉਹਨੇ ਕਹਿਣਾ ਵੀ ਮੈਨੂੰ ਤਾਂ ਫਿਰ ਜੇ ਮੈਂ ਰੱਬ ਹਾਂ ਤੇ ਰੱਬ ਨੂੰ ਤਾਂ ਪਾਪ ਹੀ ਨਹੀਂ ਲੱਗਦਾ ਕੋਈ, ਰੱਬ ਨੂੰ ਤਾਂ ਨਹੀਂ ਕੋਈ ਪਾਪ ਵਿਆਪਦਾ, ਜੇ ਉਹਨੇ ਸੁਣ ਲਿਆ ਵਿਸ਼ਈ ਬੰਦੇ ਨੇ, ਉਹਨੇ ਤਾਂ ਜਾ ਕੇ ਫਿਰ ਪਾਰਿਸਤਰੀਆਂ ਭੋਗਣੀਆਂ ਨੇ, ਉਹਨੇ ਕਹਿਣਾ ਮੈਂ ਰੱਬ ਹਾਂ, ਮੈਨੂੰ ਕਿਹੜਾ ਕੋਈ ਪਾਪ ਲੱਗਣਾ, ਜੇ ਮੈਂ ਪ੍ਰਮਾਤਮਾ ਹੋ ਗਿਆ ਤੇ ਮੈਂ ਹੁਣ ਆ ਵਿਕਾਰ ਵੀ ਭੋਗ ਲਾਂ, ਮਾੜਾ ਕਰਮ ਵੀ ਕਰ ਲਾਂ, ਮੈਨੂੰ ਤਾਂ ਹੁਣ ਕੋਈ ਪਾਪ ਨਹੀਂ ਹੈ, ਮੇਰੇ ਵਾਸਤੇ ਨਾ ਪਾਪ ਹੈ ਨਾ ਪੁੰਨ ਹੈ, ਹੁਣ ਮੈਂ ਹੀ ਰੱਬ ਹੋ ਗਿਆ। ਉਹ ਪਾਪ ਵੀ ਕਰੇਗਾ, ਭੈੜੇ ਕਰਮ ਵੀ ਕਰੇਗਾ, ਹੋਰ ਮਾੜੇ ਕਰਮਾਂ ਵਿੱਚ ਪ੍ਰਵਿਰਤ ਹੋਵੇਗਾ, ਕੱਲਾ ਗਿਆਨ ਉਹਦੀ ਇਹੋ ਜਿਹੀ ਦਸ਼ਾ ਬਣਾ ਦੇਵੇਗਾ। ਇਤਿਆਦਿਕ ਵਿਸ਼ਿਆਂ ਲੱਗ ਜਾਏ, ਇਹਨਾਂ ਵਿਸ਼ਿਆਂ ਵਿਕਾਰਾਂ ਵਿੱਚ ਉਹ ਹੋਰ ਜ਼ਿਆਦਾ ਲੱਗ ਜਾਏਗਾ। ਅਤੀਸਾਰ ਸਮ
ਨਰਕ ਸੁਪਾਏ। ਉਹ ਅਤੀਸਾਰ ਵਰਗੇ ਦਸਤ ਵਰਗੀਆਂ ਬਿਮਾਰੀਆਂ ਵਰਗਾ ਜਿਹੜਾ ਨਰਕ ਹੈ ਉਸ ਨਰਕ ਨੂੰ ਪ੍ਰਾਪਤ ਕਰੇਗਾ। ਯਾਂ ਤੇ ਭਗਤ ਸੰਗ ਬ੍ਰਹਮ ਗਿਆਨ। ਮਹਾਰਾਜ ਜੀ ਕਹਿੰਦੇ ਦਿੱਤਾ ਅਸੀਂ ਵੀ ਇਹੀ ਗਿਆਨ ਹੈ, ਪਰ ਅਸੀਂ ਇਸ ਗਿਆਨ ਵਿੱਚ ਪਰਮਾਤਮਾ ਦੀ ਭਗਤੀ ਦੀ ਮਿਸ਼ਰੀ ਮਿਲਾ ਦਿੱਤੀ ਹੈ ਕਿ ਇਹ ਘਿਓ ਇਹਨਾਂ ਲੋਕਾਂ ਲਈ ਨੁਕਸਾਨਦਾਇਕ ਨਹੀਂ ਲਾਭਦਾਇਕ ਹੋਵੇ, ਇਹਦੇ ਚ ਮਿਸ਼ਰੀ ਮਿਲਾ ਦਿੱਤੀ। ਕਿਉਂਕਿ ਰੋਗੀ ਸਨ ਲੋਕ, ਸਿੱਧਾ ਘਿਓ ਇਹਨਾਂ ਨੂੰ ਹਜ਼ਮ ਨਹੀਂ ਸੀ ਹੋਣਾ, ਅਸੀਂ ਇਹਦੇ ਚ ਭਗਤੀ ਦੀ ਮਿਸ਼ਰੀ ਮਿਲਾ ਦਿੱਤੀ। ਜਦੋਂ ਪੰਜਵੇਂ ਪਾਤਸ਼ਾਹ ਕੋਲ ਭਗਤ ਕਾਨਾ ਆਇਆ ਨਾ, ਆਖਿਆ ਕਹਿੰਦਾ ਮੇਰੀ ਬਾਣੀ ਲਿਖੋ ਗੁਰੂ ਗ੍ਰੰਥ ਸਾਹਿਬ, ਤੇ ਮਹਾਰਾਜ ਜੀ ਕਹਿਣ ਲੱਗੇ ਉਹ ਚਾਰੋ ਕਾਨਾ ਜੀ ਕਿਹੜੀ ਬਾਣੀ ਆ ਤੁਹਾਡੀ? ਤੇ ਕਾਨੇ ਨੇ ਉਸ ਵੇਲੇ ਸ਼ਬਦ ਉਚਾਰਿਆ, ਜਾ ਕੋ ਵੇਦ ਪੁਰਾਨਾ ਗਾਵੈ ਖੋਜਤ ਖੋਜ ਨਾ ਕੋਈ ਰੇ, ਮੈਂ ਉਹੀ ਰੇ, ਮੈਂ ਉਹੀ ਰੇ, ਮੈਂ ਉਹੀ ਰੇ, ਮੈਂ ਉਹੀ ਰੇ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਗੁਰਬਾਣੀ ਚ ਮੈਂ ਦਾ ਚਿੰਤਨ ਦੂਰ ਕਰਾ ਦਿੱਤਾ, ਅਸੀਂ ਤਾਂ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋਂ, ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖੋ ਤਦ ਤੂੰ। ਅਸੀਂ ਤਾਂ ਆਹ ਸਿਧਾਂਤ ਦਿੱਤਾ, ਇਹ ਤਾਂ ਤੇਰਾ ਸਿੱਧਾ ਦੇਸੀ ਘਿਓ ਵਾਲਾ ਗਿਆਨ ਹੈ ਜਿਹੜਾ ਲੋਕਾਂ ਲਈ ਦੁਖਦਾਈ ਹੋਵੇਗਾ, ਅਸੀਂ ਇਹ ਨਹੀਂ ਲਿਖ ਸਕਦੇ ਗੁਰੂ ਗ੍ਰੰਥ ਸਾਹਿਬ ਚ। ਅਸੀਂ ਇਹਦੇ ਚ ਭਗਤੀ ਦੀ ਮਿਸ਼ਰੀ ਮਿਲਾ ਕੇ ਮੈਂ ਦੀ ਬਜਾਏ ਤੂੰ ਤੂੰ ਦਾ ਚਿੰਤਨ ਕਰਨ ਲਾਇਆ, ਰਸਨਾ ਜਪਤੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੈ, ਅਸੀਂ ਤਾਂ ਮੈਂ ਦਾ ਖਹਿੜਾ ਹੀ ਛੁਡਾ ਦਿੱਤਾ। ਮੈਂ ਤਾਂ ਅੱਗੇ ਹੀ ਬੰਦਿਆਂ ਵਿੱਚ ਬਥੇਰੀ ਭਰੀ ਫਿਰਦੀ ਹੈ, ਪਹਿਲਾਂ ਇਹਨਾਂ ਦੀ ਛਾਤੀ ਦੇ ਉੱਤੇ ਬੋਝ ਪਿਆ ਹੋਇਆ, ਖਾਂਸੀ ਲੱਗੀ ਹੋਈ ਇਹਨਾਂ ਨੂੰ ਮੈਂ ਦੀ, ਉੱਤੋਂ ਇਹਨਾਂ ਨੂੰ ਦੇ ਦਿਆਂ ਦੇਸੀ ਘਿਓ ਸਿੱਧਾ ਗਿਆਨ ਦਾ ਵੀ ਤੂੰ ਹੀ ਰੱਬ ਹੈ, ਤੇ ਇਹ ਤਾਂ ਹੋਰ ਬਿਮਾਰ ਹੋਣਗੇ। ਅਸੀਂ ਉਹਦੇ ਚ ਭਗਤੀ ਦੀ ਮਿਸ਼ਰੀ ਮਿਲਾ ਦਿੱਤੀ ਵੀ ਤੂੰ ਹੀ ਆ ਵਾਹਿਗੁਰੂ, ਤੂੰ ਹੀ ਆ, ਮੈਂ ਕੁਝ ਵੀ ਨਹੀਂ, ਮੇਰੀ ਤਾਂ ਕੋਈ ਹਸਤੀ ਨਹੀਂ, ਮੇਰਾ ਤਾਂ ਕੋਈ ਵਜੂਦ ਹੀ ਨਹੀਂ। ਇਹ ਚਿੰਤਨ ਦਿੱਤਾ ਅਸੀਂ ਆਪਣੇ ਸਿੱਖਾਂ ਨੂੰ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਰਹੇ ਅਸੀਂ ਇਸ ਗਿਆਨ ਦੇ ਘਿਓ ਵਿੱਚ ਪਰਮਾਤਮਾ ਦੀ ਭਗਤੀ ਦੀ ਮਿਸ਼ਰੀ ਮਿਲਾਈ, ਇਸ ਕਰਕੇ ਇਹ ਗਿਆਨ ਭਗਤੀ ਨਾਲ ਹੀ ਸੋਭਦਾ ਹੈ, ਬਿਨਾਂ ਭਗਤੀ ਤੋਂ ਇਹ ਗਿਆਨ ਸ਼ੋਭਨੀਕ ਨਹੀਂ ਹੈ, ਬਿਨਾਂ ਭਗਤੀ ਤੋਂ ਗਿਆਨ ਕਿਸੇ ਕੰਮ ਦਾ ਨਹੀਂ। ਰਾਵਣ ਦਾ ਗਿਆਨ ਕਿਹੜੇ ਕੰਮ ਦਾ ਸੀ? 10 ਸਿਰ ਹੋਣ ਦੇ ਬਾਵਜੂਦ ਵੀ ਨਹੀਂ ਸੋਚ ਸਕਿਆ ਸਮਝ ਸਕਿਆ ਮੈਂ ਕੀ ਕੀਤਾ। ਅੱਜ ਕੱਲ ਕਈ ਰਾਵਣ ਨੂੰ ਬੜਾ ਧਰਮਾਤਮਾ ਸਿੱਧ ਕਰਨ ਤੇ ਲੱਗੇ ਹੋਏ ਨੇ। ਭਲੇ ਮਾਨਸੋ ਗੁਰਬਾਣੀ ਦਾ ਸਿਧਾਂਤ ਤਾਂ ਵੇਖੋ, ਗੁਰਬਾਣੀ ਕੀ ਕਹਿੰਦੀ ਹੈ? ਗੁਰਬਾਣੀ ਕਹਿੰਦੀ ਆ ਮੂਰਖ ਰਾਵਣ ਕਿਆ ਲੈ ਗਿਆ। ਜੇ ਗੁਰਬਾਣੀ ਨੇ ਰਾਵਣ ਨੂੰ ਮੂਰਖ ਲਿਖਿਆ ਤੇ ਤੁਸੀਂ ਕਿਵੇਂ ਉਹਨੂੰ ਵਿਦਵਾਨ ਤੇ ਵਿਧਾਤਾ ਮੰਨਦੇ ਹੋ? ਅੱਜ ਕੱਲ ਬਹੁਤ ਸੋਸ਼ਲ ਮੀਡੀਆ ਤੇ ਰਾਵਣ ਦੇ ਸੋਹਲੇ ਗਾਏ ਜਾਂਦੇ ਕਈਆਂ ਵੱਲ, ਤੇ ਗੁਰਬਾਣੀ ਪਾਤਸ਼ਾਹ ਕਹਿੰਦੇ ਮਹਾਰਾਜ ਜੀ ਕਹਿੰਦੇ ਮੂਰਖ ਹੈ ਰਾਵਣ, ਮੂਰਖ ਰਾਵਣ ਕਿਆ ਲੈ ਗਿਆ। ਸੋ ਕਹਿਣ ਤੋਂ ਭਾਵ ਹੁਣ ਉਹਦੇ ਕੋਲ ਵੀ ਗਿਆਨ ਸੀ, ਪਰ ਉਹਦਾ ਗਿਆਨ ਕਿਸ ਕੰਮ ਦਾ? ਇਸ ਕਰਕੇ ਨਾਲ ਭਗਤੀ ਵੀ ਚਾਹੀਦੀ। ਜਦੋਂ ਇੱਦਾਂ ਦਾ ਇਕੱਲਾ ਗਿਆਨ ਹੋਵੇ ਉਹ ਸਮਾਜ ਲਈ ਦੁਖਦਾਈ ਸਾਬਤ ਹੁੰਦਾ, ਜੇ ਉਹਦੇ ਨਾਲ ਭਗਤੀ ਨਹੀਂ ਹੈ, ਨਿਮਰਤਾ ਨਹੀਂ ਹੈ, ਹਲੀਮੀ ਨਹੀਂ ਹੈ। ਇਸ ਕਰਕੇ ਪ੍ਰਭੂ ਭਗਤੀ, ਵੱਡੇ ਵੱਡੇ ਮਹਾਂਪੁਰਸ਼ ਭਗਤ ਵਿਦਵਾਨ
ਜਿੰਨੇ ਵੀ ਮਹਾਰਾਜ ਕਬੀਰ ਜੀ ਜੈਸੇ, ਰਵਿਦਾਸ ਜੀ ਜੈਸੇ ਮਹਾਤਮਾ ਹੋਏ, ਉਹਨਾਂ ਨੇ ਭਗਤੀ ਕੀਤੀ। ਉਹਨਾਂ ਨੂੰ ਭਗਤੀ ਕਹਿੰਦੇ ਆ ਨਾ ਆਪਾਂ, ਭਗਤ ਸਾਹਿਬਾਨ। ਇਹ ਤਾਂ ਨੀ ਕਹਿੰਦੇ ਗਿਆਨੀ ਕਬੀਰ ਜੀ ਜਾਂ ਗਿਆਨੀ ਰਵਿਦਾਸ ਜੀ। ਸੁਣਿਆ ਕਿਸੇ ਨੇ ਵੀ ਗਿਆਨੀ ਰਵਿਦਾਸ ਜੀ ਜਾਂ ਗਿਆਨੀ ਪਰਮਾਨੰਦ ਜੀ, ਗਿਆਨੀ ਰਾਮਾਨੰਦ ਜੀ? ਉਹਨਾਂ ਭਗਤੀ ਕੀਤੀ ਆ ਰੱਬ ਦੀ, ਗਿਆਨ ਉਹਨਾਂ ਅੰਦਰ ਸੀਗਾ, ਤਦੇ ਤਾਂ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਹੈ। ਪਰ ਗਿਆਨ ਨਾਲ ਭਗਤੀ ਵੀ ਸੀ, ਇਸੇ ਕਰਕੇ ਉਹਨਾਂ ਨੂੰ ਗਿਆਨੀ ਨਹੀਂ ਆਪਾਂ ਭਗਤ ਕਬੀਰ ਜੀ ਉਹ ਕਹਿੰਦੇ ਆ, ਭਗਤ ਰਵਿਦਾਸ ਜੀ ਉਹ ਕਹਿੰਦੇ ਆ, ਭਗਤ ਰਾਮਾਨੰਦ ਜੀ ਉਹ ਕਹਿੰਦੇ ਆ, ਭਗਤ ਸਹਿਣ ਜੀ ਭਗਤ ਹੀ ਕਹਿੰਦੇ ਆ ਨਾ। ਇਸ ਕਰਕੇ ਪਰਮਾਤਮਾ ਦੀ ਭਗਤੀ ਦੀ ਮਿਸ਼ਰੀ ਜਿਹੜੀ ਹੈ ਉਹ ਗਿਆਨ ਦੇ ਨਾਲ ਮਿਸ਼ਰਤ ਹੋਣੀ ਚਾਹੀਦੀ ਹੈ। ਬਿਨਾਂ ਭਗਤੀ ਤੋਂ ਗਿਆਨ ਫੋਕਾ ਹੈ। ਉਹ ਫੋਕਾ ਗਿਆਨ ਤਾਂ ਲਾਲ ਚੰਦ ਪੰਡਿਤ ਵੀ ਚੁੱਕੀ ਫਿਰਦਾ ਸੀ, ਪਜੋਖਰਾ ਸਾਹਿਬ। ਥੋੜਾ ਗਿਆਨ ਸੀ, ਉਹਨੇ ਗੀਤਾ ਉਹਨੇ ਪੜ੍ਹੀ ਸੀ, ਫੋਕੇ ਗਿਆਨ ਤੋਂ ਵੀ ਚੁੱਕੀ ਫਿਰਦੇ ਸੀ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦੱਸਿਆ ਵੀ ਇਹ ਫੋਕਾ ਗਿਆਨ ਕਿਸ ਕੰਮ ਦਾ ਸੱਜਣਾ? ਭਗਤੀ ਦੀ ਤਾਕਤ ਵਿਖਾਈ ਉੱਥੇ ਕਿ ਇੱਕ ਗੂੰਗਾ ਬੋਲਣ ਲੱਗ ਪੈਂਦਾ, ਅਨਪੜ੍ਹ ਬੋਲਾ ਉਹ ਸੁਣਨ ਲੱਗ ਪੈਂਦਾ ਤੇ ਵਿਦਵਾਨ ਬਣ ਜਾਂਦਾ। ਇਹ ਭਗਤੀ ਦੀ ਤਾਕਤ ਵਿਖਾਈ ਹੈ ਕਿ ਇਕੱਲਾ ਗਿਆਨ ਜਿਹੜਾ, ਹੁਣ ਬੜੇ ਬੜੇ ਗਿਆਨੀ ਮਹਾਰਾਜ ਜੀ ਕੋਲ ਆਉਂਦੇ ਰਹੇ, ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਕੋਲ ਵੀ ਇੱਕ ਬੜਾ ਵੱਡਾ ਵਿਦਵਾਨ ਗਿਆਨੀ ਪੰਡਿਤ ਪਹੁੰਚਿਆ, ਚਾਰ ਊਂਠ ਉਹਨੇ ਗ੍ਰੰਥਾਂ ਦੇ ਲੱਦੇ ਹੋਏ, ਬੜਾ ਵਿਦਵਾਨ, ਜਿੱਥੇ ਜਾਂਦਾ ਸੀ ਵੱਡੇ ਵੱਡੇ ਪੰਡਿਤਾਂ ਨੂੰ ਹਰਾ ਕੇ ਉਹਨਾਂ ਨੂੰ ਜਿੱਤ ਲੈਂਦਾ ਸੀ, ਸਭਾ ਜਿੱਤ ਸੀ। ਜਦੋਂ ਇੱਧਰ ਆਇਆ, ਬਿਆਸ ਦਰਿਆ ਟੱਪਿਆ, ਇਹਨੇ ਸੁਣਿਆ ਵੀ ਇੱਥੇ ਵੀ ਇੱਕ ਗੁਰੂ ਰਹਿੰਦਾ, ਵੇਖਾਂ ਸਹੀ ਜਾ ਕੇ ਕਿੱਡਾ ਕੁ ਵਿਦਵਾਨ ਹੈ, ਮੈਂ ਉਹਨੂੰ ਵੀ ਜਾ ਕੇ ਹਰਾਵਾਂ। ਜਦੋਂ ਪਹੁੰਚਿਆ, ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਦਾ ਹੰਕਾਰ ਡਿੱਗ ਪਿਆ। ਆਇਆ ਚਰਚਾ ਕਰਨ ਸੀ ਗੁਰੂ ਅਮਰਦਾਸ ਸਾਹਿਬ ਨਾਲ ਤੇ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪਿਆ। ਆਖਿਆ, ਮਹਾਰਾਜ ਮੈਂ ਤਾਂ ਫੋਕਾ ਗਿਆਨੀ ਹਾਂ। ਭਾਈ ਵੀਰ ਸਿੰਘ ਜੀ ਨੇ ਲਿਖਿਆ ਇਹਦੇ ਬਾਰੇ, ਭਾਰਕਚ ਕੋਲ ਬਣਾ ਹੱਥ ਲੀਤਾ, ਪੜਿਆ ਦੁਆਰੇ ਫਿਰਿਆ, ਜੂਠ ਜੂਠ ਕਰ ਉਸਨੇ ਧੋਇਆ, ਜਦ ਮੁਰਸ਼ਦ ਮੂਹਰੇ ਧਰਿਆ। ਦਿਮਾਗ ਦਾ ਕੋਲਾ ਭਰ ਕੇ ਵਿਦਿਆ ਦੇ ਨਾਲ ਥਾਂ ਥਾਂ ਤੇ ਤੁਰਿਆ ਫਿਰਿਆ ਰਿਹਾ। ਜਦੋਂ ਮੁਰਸ਼ਦ ਦੇ ਕੋਲ ਗਿਆ, ਉਹਨੇ ਆਖਿਆ, ਦੁਨੀਆਂ ਦੀ ਜੂਠ ਇਕੱਠੀ ਕਰੀ ਫਿਰਦਾ, ਆ ਕਰ ਪਾਸੇ ਉਹਨੇ ਧੋ ਕੇ ਇਹਦੇ ਵਿੱਚ ਪਰਮਾਤਮਾ ਦੀ ਭਗਤੀ ਦਾ ਗਿਆਨ ਸਮੋ ਕੇ ਰੱਖ ਦਿੱਤਾ। ਫੋਕਾ ਗਿਆਨ ਕਦੇ ਕਿਸੇ ਨੂੰ ਮੁਕਤ ਨਹੀਂ ਜੇ ਕਰ ਸਕਦਾ। ਬੜੇ ਬੜੇ ਇਹੋ ਜਿਹੇ ਗਿਆਨੀ ਤਾਂ ਬੜੇ ਸੀ ਸੰਸਾਰ ਵਿੱਚ, ਪਰ ਉਹ ਫੋਕੇ ਗਿਆਨੀ ਸੀ। ਜੋ ਸ਼ਾਸਤਰਾਂ ਵਿੱਚ, ਜੋ ਪੁਸਤਕਾਂ ਵਿੱਚ, ਜੋ ਕਿਤਾਬਾਂ 'ਚ ਲਿਖਿਆ ਸੀ ਉਹੀ ਵਰਣਨ ਕਰ ਕਰ ਸੁਣਾ ਦਿੱਤਾ। ਅਧਿਆਤਮਿਕ ਗਿਆਨ ਕੋਈ ਨਹੀਂ ਸੀ। ਅੰਦਰੋਂ ਜਿਹੜਾ ਗਿਆਨ ਹੈ ਉਹ ਪਰਮਾਤਮਾ ਦੀ ਭਗਤੀ 'ਚ ਉਤਪੰਨ ਹੁੰਦਾ ਹੈ। ਭਗਤ ਸ਼ਬਦ ਹੈ ਨਾ, ਭਗਤ ਇਹਦਾ ਪਹਿਲਾ ਅੱਖਰ ਹੈ ਭਾਓ, ਤੇ ਦੂਸਰਾ ਅੱਖਰ ਹੈ ਗੱਗਾ, ਉਹਦਾ ਮਤਲਬ ਹੈ ਗਿਆਨ ਬਾਅਦ ਵਿੱਚ ਹੈ, ਪਹਿਲਾਂ ਪਰਮੇਸ਼ਰ ਦਾ ਪ੍ਰੇਮ ਹੈ। ਉਹਦੇ ਪ੍ਰੇਮ ਚੋਂ ਫਿਰ ਦੂਜਾ ਅੱਖਰ ਗਿਆਨ, ਗਿਆਨ ਬਾਅਦ ਵਿੱਚ ਪੈਦਾ ਹੁੰਦਾ, ਪਹਿਲਾਂ ਭਾਓ ਹੈ। ਭਗਤੀ ਕਰਕੇ ਜਿਹੜਾ ਗਿਆਨ ਉਤਪੰਨ ਹੁੰਦਾ ਉਹ ਗਿਆਨ ਲੋਕਾਂ ਲਈ ਘਾਤਕ ਨਹੀਂ ਹੁੰਦਾ, ਉਹ ਗਿਆਨ ਲੋਕਾਂ ਲਈ ਲਾਭਦਾਇਕ ਹੁੰਦਾ, ਲਾਹੇਵੰਦ ਹੁੰਦਾ ਹੈ। ਜਿਹੜਾ ਗਿਆਨ ਕੇਵਲ ਕਿਤਾਬੀ ਹੋਵੇ ਉਹ ਲੋਕਾਂ ਵਿੱਚ ਫਿਰਕਾ ਪ੍ਰਸਤੀ ਪੈਦਾ ਕਰ ਦਿੰਦਾ,
ਲੋਕਾਂ ਵਿੱਚ ਧੜੇਬੰਦੀਆਂ ਬਣਾ ਦਿੰਦਾ, ਵਿਤਕਰੇ ਪੈਦਾ ਕਰ ਦਿੰਦਾ, ਸ਼ੰਕੇ ਪੈਦਾ ਕਰ ਦਿੰਦਾ। ਜਿਹੜਾ ਗਿਆਨ ਭਗਤੀ ਚੋਂ ਪੈਦਾ ਹੋਇਆ ਹੋਵੇ ਲੋਕਾਂ ਚ ਪ੍ਰੇਮ ਭਰ ਦਿੰਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਇਸ ਗਿਆਨ ਦੇ ਵਿੱਚ ਅਸੀਂ ਭਗਤੀ ਦੀ ਮਿਸ਼ਰੀ ਬਣਾ ਦਿੱਤੀ ਹੈ। ਸਭ ਹਿਨ ਕੀ ਕਰਤਾ ਕਲਿਆਣ, ਇਹ ਗਿਆਨ ਜਿਹੜਾ ਭਗਤੀ ਨਾਲ ਮਿਲਿਆ ਹੋਇਆ ਇਹ ਸਾਰਿਆਂ ਦੀ ਕਲਿਆਣ ਕਰਦਾ ਹੈ। ਸ਼ੋਭੈ ਮੁਖ ਤੇ ਕਹਿ ਪ੍ਰਭ ਦਾਸ, ਹਾਂ ਮੂੰਹ ਤੋਂ ਇਹੀ ਸੋਭਦਾ ਇਹ ਕਹਿਣਾ ਕਿ ਅਸੀਂ ਰੱਬ ਦੇ ਦਾਸ ਹਾਂ, ਉਹ ਸਾਡਾ ਸਵਾਮੀ ਹੈ। ਤੂੰ ਠਾਕੁਰ ਤੁਮ ਪੈਰ, ਤੂੰ ਠਾਕੁਰ ਅਸੀਂ ਤੇਰੇ ਸੇਵਕ ਹਾਂ, ਤੇਰੇ ਅੱਗੇ ਸਾਡੀਆਂ ਅਰਦਾਸਾਂ, ਤੂੰ ਸਾਡਾ ਸਵਾਮੀ ਹੈ, ਅਸੀਂ ਤੇਰੀ ਸ਼ਰਨ ਵਿੱਚ ਆਏ ਹੋਏ ਤੇਰੇ ਸੇਵਕ ਹਾਂ। ਗਿਆਨ ਅਹੰਗ ਬ੍ਰਹਮ ਹਿਰਦੇ ਪ੍ਰਕਾਸ਼, ਤੂੰ ਇਹੀ ਕਹਿਣਾ ਮੈਂ ਰੱਬ ਦਾ ਦਾਸ ਹਾਂ, ਪਰ ਹਿਰਦੇ ਚ ਗਿਆਨ ਇਹ ਹੋਣਾ ਕਿ ਮੈਂ ਪਰਮਾਤਮਾ ਦੀ ਅੰਸ਼ ਹਾਂ, ਪਰ ਮੂੰਹ ਤੋਂ ਨੀ ਪ੍ਰਗਟ ਕਰਨਾ, ਮੂੰਹ ਤੋਂ ਇਹੀ ਕਹਿਣਾ ਮੈਂ ਰੱਬ ਦਾ ਦਾਸ ਹਾਂ। ਯਾ ਤੇ ਸਭ ਕੋ ਸਿਮਰਨ ਨਾਮ, ਕਰੇ ਪ੍ਰੇਮ ਤੇ ਲਾਏ ਸੁਖ ਧਾਮ। ਇਸ ਕਰਕੇ ਸਭ ਨੇ ਪ੍ਰੇਮ ਸਹਿਤ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ, ਇਸ ਨਾਮ ਨੂੰ ਸਿਮਰ ਕੇ ਤੁਹਾਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਖੁਸ਼ਕ ਗਿਆਨ ਯਾ ਤੇ ਨੈ ਨੀਕੋ, ਕਹਿੰਦੇ ਜਿਹੜਾ ਕੱਲਾ ਖੁਸ਼ਕ ਗਿਆਨ ਹੈ ਇਹ ਚੰਗਾ ਨਹੀਂ, ਇਹ ਸੁਖਦਾਈ ਨਹੀਂ ਹੁੰਦਾ ਸਗੋਂ ਦੁਖਦਾਈ ਹੈ। ਸਿਮਰੇ ਨਾਮ ਸ਼੍ਰੇ ਹੋਏ ਜੀ ਕੋ, ਜਦੋਂ ਇਹ ਨਾਮ ਸਿਮਰਦਾ ਇਹਦੇ ਅੰਦਰ ਗਿਆਨ ਉਤਪੰਨ ਹੁੰਦਾ, ਆਤਮ ਗਿਆਨ ਪੈਦਾ ਹੁੰਦਾ ਹੈ, ਔਰ ਇਸ ਜੀਵ ਦੀ ਸ਼੍ਰੇ ਤੇ ਕਲਿਆਣ ਹੁੰਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਗਿਆਨ ਨਾਲ ਭਗਤੀ ਜ਼ਰੂਰੀ ਹੈ, ਇਕੱਲੇ ਗਿਆਨ ਨਾਲ ਗੱਲ ਨਹੀਂ ਬਣਨੀ, ਭਗਤੀ ਕਰਕੇ ਮੁਕਤੀ ਦੀ ਪ੍ਰਾਪਤੀ ਹੋਣੀ। ਸਤਿਗੁਰੂ ਜੀ ਕਿਰਪਾ ਕਰਨ, ਐਸੀ ਭਗਤੀ ਦਾ ਕੁਣਕਾ ਸਾਡੀ ਸਾਰਿਆਂ ਦੀ ਝੋਲੀ ਵਿੱਚ ਪਾ ਦੇਣ, ਜਿਹਦੇ ਨਾਲ ਸਾਡਾ ਸਾਰਿਆਂ ਦਾ ਪਾਰ ਉਤਾਰਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਇਤਿਹਾਸ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਤੇ ਸਮਰਥ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿ